ਹੋਰ ਪਾਈ ਜਾਂਦੀ ਹੈ। ਮੇਰੀ ਤਾਂ ਕੱਲ੍ਹ ਦੀ ਤਬੀਅਤ ਹੀ ਕਿਸੇ ਕੱਲ੍ਹ ਸ਼ਾਮ ਦੀ ਗਲਾ ਹੀ ਇੱਕਦਮ ਬੜਾ ਸ਼ਦੀਦ ਨਾਲ ਹੀ ਬੁਖਾਰ ਨਾਲ ਹੀ ਬੁਖਾਰ ਮੈਂ ਕਹਿ ਲਓ ਜੀ ਪਰ ਜਾਣਾ ਵੀ ਇਹਨਾਂ ਨਾਲ ਵਜ਼ਾਹਤ ਮੈਂ ਕਰਾਂ ਵਜ਼ਾਹਤ ਬੜੀ ਕੀ ਹਜੇ ਬਾਦੀਆਂ ਸ਼ਹਿਰ ਲਿਖ ਲਈਆਂ ਕੋਈ ਨੋ ਆਦੀਆਂ ਅਤੇ ਉਹਦੀਆਂ ਅਤੇ ਨਾ ਖਲੀਫਾ ਨਵੀਦ ਦੀ ਠੀਕ ਹੈ। ਜਦੋਂ ਸੈਨ ਹੋਣ ਦੀ ਵਾਰੀ ਆਈ ਨਾ ਉਹਨਾਂ ਕਿਹਾ ਜੀ ਸਾਨੂੰ ਲਾਹੌਰੋਂ ਵੀ ਛੱਡ ਦਿਓ। ਉਹ ਆ ਕੇ ਲਾਹੌਰੋਂ ਵੀ ਕਾਰ ਲੱਗਦੀ ਹੈ ਅਤੇ ਉੱਥੋਂ ਵੀ ਕਾਰ ਲੱਗਦੀ। ਮੈਂ ਉਹਨਾਂ ਨੂੰ ਕਹਾਂ ਤੁਸੀਂ ਯਾਰ ਇਹ ਤਾਂ ਤੁਹਾਨੂੰ ਕਲੀਅਰ ਕਰ ਲਵੋ ਫਿਰ ਲਾਹੌਰ ਵੀ ਆ ਜਾਏ ਜੇ ਤੁਸੀਂ ਲਾਹੌਰ ਦਾ ਨਾਂ ਲੈਣਾ ਛੱਡ ਦਿਓ ਇਹ ਬਾਦੀਆਂ ਤੁਹਾਨੂੰ ਕਲੀਅਰ ਕਰੋ। ਤੁਸੀਂ ਇੱਕੋ ਹੀ ਗੱਲ ਲਾਹੌਰ ਨੇ ਵੇਖੋ ਮੈਨੂੰ ਕਿੰਨੀ ਇੱਜ਼ਤ ਦਿੱਤੀ ਹੈ ਮੈਂ ਕਿਵੇਂ ਕਿਹਾ ਸਾਡੇ ਨਾਲ ਲਾਹੌਰ ਦਾ ਨਾਂ ਲੈਣਾ ਠੀਕ ਹੈ ਤੁਸੀਂ ਵਜ਼ਾਹਤ ਹੱਲ ਨਹੀਂ ਗਏ। ਉਹ ਗੱਲ ਅਸਲ ਇੰਝ ਹੋਈ ਸੀ ਕਿ ਉਹ ਆਉਂਦਾ ਸੀ ਨਹੀਂ ਜੀ ਲਾਹੌਰੋਂ ਛੱਡ ਦਿਓ ਉਹ ਆਖੇ ਮੇਰੇ ਨਾਲ ਕਾਰ ਲਾਓ ਕਾਰ ਤੋਂ ਭੈੜੇ ਪੈਣ ਲਾਹੌਰੋਂ ਛੱਤ ਮਾਰ ਜਾਣ ਮੈਂ ਨਾ ਜਿਹੜੀਆਂ ਤੁਹਾਡੀਆਂ ਲਿਖੀਆਂ ਨਾ ਤੁਸੀਂ ਇਹਨਾਂ ਨੂੰ ਤੁਹਾਨੂੰ ਕਲੀਅਰ ਕਰੋ ਤੁਸੀਂ ਹਾਲੇ ਲਾਹੌਰ ਦਾ ਨਾਂ ਲੈਣਾ ਛੱਡ ਦਿਓ। ਉਹਨਾਂ ਵਾਰ ਵਾਰ ਇੱਕੋ ਹੀ ਗੱਲ ਕੀਤੀ ਸੀ ਉਹਨਾਂ ਦੀ ਲਾਹੌਰ ਦਾ ਲਾਹੌਰ ਦਾ ਮੈਨੂੰ ਇੱਜ਼ਤ ਦਿੱਤੀ ਹੈ ਯਾਰ ਅਸਲ ਤੁਹਾਨੂੰ ਬੁਲਾਉਣ ਦਾ ਮਕਸਦ ਵੀ ਇਹ ਸੀ ਮੈਂ ਲਾਹੌਰ ਦਾ ਇਸ ਗੱਲੋਂ ਨੀ ਕਿਹਾ ਕਿ ਲਾਹੌਰ ਨੂੰ ਮੈਂ ਲਾਹੌਰੋਂ ਜਿੰਨਾ ਮੈਨੂੰ ਪਿਆਰ ਮਿਲਿਆ ਜਿੰਨੀ ਮੈਨੂੰ ਇੱਜ਼ਤ ਮਿਲੀ ਹੈ ਮੈਂ ਕਿਵੇਂ ਕਹਿ ਸਕਦਾ ਲਾਹੌਰ ਦਾ ਨਾਂ ਲੈਣਾ ਛੱਡ ਦਿਓ। ਅੱਛੇ ਦੋਸਤ ਭਾਈ ਮਿਲੇ ਨੇ ਮੈਨੂੰ ਜਿਨ੍ਹਾਂ ਨੂੰ ਮੈਂ ਕਦੀ ਖਾਬਾਂ 'ਚ ਵੀ ਨਹੀਂ ਮਿਲੇ ਉਹਨਾਂ ਨਾਲ ਮੁਲਾਕਾਤਾਂ ਹੋ ਗਈਆਂ ਅਤੇ ਤੁਸੀਂ ਵਾਰ ਵਾਰ ਮੈਂ ਬੜਾ ਮਜ਼ਬੂਤ ਹੋਇਆ ਮੈਂ ਯਾਰ ਵਾਰ ਵਾਰ ਪਿਆ ਮੇਰੇ ਇੱਕ ਹੋਰ ਗਲਤੀ ਹੋ ਗਈ ਜਦੋਂ ਮੈਂ ਵੀਡੀਓ ਝਾੜੀ ਹੈ ਨਾ ਮੈਂ ਤੁਹਾਡੀ ਵੀਡੀਓ ਨਹੀਂ ਵੇਖੀ ਮੈਂ ਵੇਖੀ ਜੁਮੇ ਦਿਨ ਰਾਤ ਮੈਨੂੰ ਫੋਨ ਆਇਆ ਕਿ ਐਸਾ ਕਰਾਉਣਾ ਭਾਈ ਬਸ਼ਰ ਨੇ ਅਤੇ ਉਹਨਾਂ ਤੁਹਾਨੂੰ ਚੈਲੇਂਜ ਕੀਤਾ ਮੈਂ ਸਮਝਦਾ ਹਾਂ ਆਜ਼ਾਦ ਖੋਖਰ ਅਤੇ ਜਮਸ਼ੇਦ ਖੋਖਰ ਦੋਵੇਂ ਭਰਾ ਨੇ ਇਹ ਹੀ ਮੇਰੇ ਨਾਲ ਅੱਗੇ ਸ਼ੌਂਕ ਕਰਦੇ ਨੇ ਪਏ ਮੈਂ ਕਿਹਾ ਉਹਦੇ ਉਹਨਾਂ ਕਰ ਦਿੱਤਾ ਉਹ ਮੇਰਾ ਤਾਂ ਵਾਰ ਵਾਰ ਮੂੰਹ ਜਮਸ਼ੇਦ ਨਿਕਲਦਾ ਉਹਨੇ ਤੁਸਾਂ ਕਿਹਾ ਜੀ ਮੇਰਾ ਨਾਮ ਮਲਕ ਜਾ ਬਸ਼ਰ ਹੈ ਮੈਂ ਕਿਹਾ ਜੀ ਮੈਂ ਮਾਦਰਤ ਕਰਨਾ ਫਿਰ ਉਹਨਾਂ ਅੱਗੇ ਮਾਦਰਤ ਕੀਤੀ ਇਸ ਗੱਲ ਦੀ ਕਿ ਮੈਂ ਗਲਤ ਫਹਿਮੀ ਦਾ ਸ਼ਿਕਾਰ ਹਾਂ ਲੇਕਿਨ ਤੁਸਾਂ ਮੇਰੀ ਵੀਡੀਓ ਨਹੀਂ ਹਰੇ ਵੇਖੀ ਤੁਸਾਂ ਇਹ ਦੇਖਿਆ ਕਿ ਲਾਹੌਰ ਦਾ ਨਾਂ ਲੈਣਾ ਸ਼ੌਕ ਕਰਾਂਗੇ ਇੰਜੀ ਇਨਸ਼ਾਅੱਲਾ ਕੱਲ ਮਜ਼ਾ ਆਏ ਸ਼ੌਕ ਹੈਗਾ ਭਰਾ ਬੰਦੀ ਦਾ ਦਾਵਤ ਬਣਾ ਲਈ ਨਹੀਂ ਇਸ ਤਰ੍ਹਾਂ ਸ਼ੌਕ ਨਹੀਂ ਹੁੰਦਾ ਲੜਾਈ ਵਾਲੇ ਪਾਸੇ ਗੱਲ ਚੱਲਦੀ ਇਨਸ਼ਾਅੱਲਾ ਕੱਲ੍ਹ ਤੁਹਾਨੂੰ ਮਜ਼ਾ ਆਏਗਾ ਬੁਲਾਇਆ
ਨਹੀਂ ਤਾਂ ਪਰ ਤੱਕ ਉਹਨਾਂ ਨੇ ਸ਼ੌਕ ਨਹੀਂ ਕਰਦਾ ਨਹੀਂ ਸਰ ਜੀ ਨਾ ਕੋਈ ਕਹਿੰਦੇ ਆ ਨਾ ਤੁਹਾਡੀ ਇੱਜ਼ਤ ਵਾਲੀ ਜਗ੍ਹਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਬਾਰ ਬਾਰ ਕਹੋਗੇ ਤਾਂ ਇੱਥੇ ਮਜ਼ਾ ਇਨਸ਼ਾਅੱਲਾ ਤਾਲਾ ਤੁਹਾਨੂੰ ਮੁਹੱਬਤ ਦੀ ਸ਼ੌਕ ਕਰਦੇ ਵਾਕਈ ਉਦੋਂ ਲਾਹੌਰ ਚਾਰ ਪੰਜ ਗੱਡੀਆਂ ਭੱਜੀਆਂ ਕਰੀਆਂ ਨੇ ਇਲੈਕਸ਼ਨ ਹੈ ਉਦੋਂ ਵੋਟ ਮੰਗੋ ਤੇ ਉਦੋਂ ਟੁਰ ਸਾਨੂੰ ਇਹ ਪਤਾ ਹੀ ਲੱਗ ਜਾਣੀ ਹੈ ਅਤੇ ਐਡੀ ਵੱਡੀ ਟਫ ਹੈ ਚਲੋ ਅਸੀਂ ਤਾਂ ਇਹ ਲੋਕਲ ਜੀ ਟਫ ਹੈ ਨਹੀਂ ਜੀ ਨਹੀਂ ਜੀ ਦਫਾ ਨਹੀਂ ਵੱਡੀਆਂ ਹੁੰਦੀਆਂ ਦਿਲ ਵੱਡੇ ਦਿਲ ਵੱਡੇ ਹੁੰਦੇ ਦਫਾ ਦੇ ਵਿੱਚ ਠੀਕ ਹੈ ਇਹ ਸ਼ੌਕ ਦੇ ਵਿੱਚ ਅਸੀਂ ਸਾਰੇ ਭਰਾ ਇੱਕ ਲੈਵਲ ਦੇ ਹਾਂ ਠੀਕ ਇਹਦੇ ਵਿੱਚ ਕੋਈ ਤਗੜਾ ਮਾਰਾ ਇੱਜ਼ਤ ਦੇ ਭਾਈ ਵਾਲਾ ਉਹ ਤੁਹਾਡਾ ਜੀ ਬਾਬਾ ਸਿਕੰਦਰ ਬਹੁਤ ਅੱਛੀਆਂ ਗੱਲਾਂ ਕੀਤੀਆਂ ਨਰਵਸ ਹੋਏ ਨਾ ਉਹ ਲੇਕਿਨ ਗੱਲਾਂ ਨਾ ਸਹੀ ਇਹ ਤਾਂ ਇੱਜ਼ਤ ਤਾਂ ਇੰਨੀ ਹੁੰਦੀ ਹੈ ਨਾ ਫਿਰ ਇੱਜ਼ਤ ਬਣਦੀ ਹੈ ਬੰਦੇ ਨੂੰ ਚਲੋ ਮੈਂ ਵੀ ਕਿਤੇ ਅਗਰ ਮੈਂ ਤਾਂ ਪੁੱਛਿਆ ਹੀ ਕਹਿੰਦਾ ਨਾ ਕਿਤੇ ਥੋੜ੍ਹਾ ਜਿਹਾ ਮੈਨੂੰ ਚੁੱਕਣਾ ਪੈ ਗਿਆ ਮੈਂ ਫਾਈਟਿੰਗ ਕਰਨਾ ਚਾਹੀਦਾ ਵੀ ਚੱਲਣਾ ਹੈ ਨਾ ਪਿੰਡ ਸਾਰਿਆਂ ਨੂੰ ਲੈ ਕੇ ਕੋਈ ਕਹਿ ਵੀ ਦਿੱਤਾ ਤਾਂ ਦਰ ਗੁਜ਼ਰ ਕਰ ਨਹੀਂ ਨਹੀਂ ਕਹਿੰਦਾ ਹੀ ਕੋਈ ਨਹੀਂ ਗੱਲ ਕਰ ਰਿਹਾ ਵੈਸੇ ਮੈਂ ਗੱਲ ਕਰ ਰਿਹਾ ਤਾਂ ਤੁਸੀਂ ਤਾਂ ਜੀ ਸਾਡੇ ਬੜੇ ਠੀਕ ਹੈ ਮੈਂ ਗੱਲ ਲੰਨ ਕਰ ਰਿਹਾ ਮੈਂ ਉਹਦੀ ਦੇਣ ਮਿਹਨਤ ਨਾਲ ਲੱਗ ਉਹਦੀ ਮਿਹਨਤ ਤੋਂ ਉਹਦੀ ਚੀਜ਼ ਤੋਂ ਚੀਜ਼ ਪਸੰਦ ਆ ਜਾਂਦੀ ਹੈ ਨਾ ਬਣ ਸ਼ੌਂਕ ਵੀ ਵੱਧ ਆ ਰਹੇ ਨਾ ਲਾਣ ਵਾਲੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਦੇਖਦੇ ਆਪਾਂ ਕਰ ਸਕਦੇ ਮੈਂ ਜਦੋਂ ਗਿਆ ਨਾ ਪਹਿਲੀ ਵਾਰ ਅੱਛਾ ਤੁਸੀਂ ਗਿਆ ਹਾਲੇ ਤੁਹਾਨੂੰ ਉੱਥੇ ਛੱਤ ਤਿਆਰ ਮਿਲੀ ਸਾਰਾ ਕੁਛ ਮਿਲਿਆ ਤੁਹਾਨੂੰ ਫਿਰ ਵੀ ਨਾ ਪਰੇਸ਼ਾਨੀ ਤਾਂ ਹੁੰਦੀ ਹੈ ਜਦੋਂ ਬੰਦੇ ਨੂੰ ਮੈਂ ਤੁਹਾਨੂੰ ਦੱਸਣਾ ਵਾ ਮੇਰਾ ਦੋਸਤ ਮੇਰਾ ਸ਼ਿਕੇਸ਼ ਦੇ ਨਾਲੋਵਾਲ ਉਹ ਬਾਜ਼ੀਆਂ ਡਾਂਡ ਲਿਆ ਰੋਜ਼ ਦੀਆਂ ਹਾਰ ਦੀਆਂ ਮੈਨੂੰ ਉਹਨੇ ਕਿਹਾ ਕਿ ਯਾਰਾਂ ਮੇਰੀਆਂ ਹਾਰ ਦੀਆਂ ਲੱਗ ਗਈਆਂ ਨੇ ਮੈਂ ਕਿਹਾ ਇੱਥੋਂ ਇਹ ਡਾਣੀਆਂ ਨੇ ਮੈਂ ਕਿਹਾ ਪਹਿਲਾਂ ਦੋ ਕੁ ਡਾ ਲਵੇ ਨਾ ਮੈਨੂੰ ਪਤਾ ਤਾਂ ਲੱਗੇ ਕਿੱਥੋਂ ਤੱਕ ਜਾਂਦਾ ਪਹਿਲੇ ਦਿਨ ਉਹਦੇ ਬਣੇ 11 ਘੰਟੇ 9 ਘੰਟੇ ਦੇ ਕੋਲ 11 ਘੰਟੇ 37 ਮਿੰਟ 36 ਮਿੰਟ 11 ਕਬੂਤਰਾਂ ਦੇ ਦੂਜੇ ਦਿਨ ਨਾ ਮੈਂ ਨਿਕਲਣ ਲੱਗਾ ਤੇ ਮੈਨੂੰ ਉਹਦਾ ਬਹਿ ਗਿਆ ਨੇ 8 ਕੁ ਦਾ ਟਾਈਮ ਹੋਣਾ ਮੈਂ ਇਹਨੂੰ ਵਾਕੀ ਤੂੰ ਅਸੀਂ ਗਏ ਹਾਂ ਜਾ ਕੇ ਕਬੂਤਰ ਵੇਖੇ ਨੇ ਮੈਂ ਨੱਕ ਚਲੀਏ ਨਾਲ ਦਿਨ ਮਾਰ ਕਹਿੰਦਾ ਕਿਉਂ ਮੈਂ ਸ਼ਾਇਦ ਕੋਈ ਨਹੀਂ ਇਹਨਾਂ ਦੇ ਬੱਲੇ ਉਹ ਖੈਰ ਅੱਲਾ ਕਰਨਾ ਐਸਾ ਹੋਇਆ ਕਿ ਉਹ ਸਿਰਿਆ ਘੁੰਬਟ ਆਏ ਕੋਈ 2 ਕੁ 12 ਕੁ ਇਹਨਾਂ ਬੈਠੇ ਅਤੇ ਬਾਦੀ 1 ਕੁ ਫੜ ਲਈ ਉਸ ਤੋਂ ਵਿੱਚ 4 ਤੇ ਟੁੱਟ ਗਏ 3-4 ਭਰਗਾਂ 3 ਕੁ ਡਾਈਆਂ ਮੈਂ ਲੈ ਵੀ ਇੱਥੇ ਰੱਖ ਕੇ ਡਾਈਆਂ ਮੈਂ ਚੱਲਿਆ ਹੁਣ ਮੈਂ ਬਿਮਾਰ ਹੋ ਗਿਆ 3 ਦਿਨ ਸਿਰ ਉਹਦੇ ਹਾਂ ਹਾਲੀ ਕਿ ਖੁੱਲੀ ਜਗ੍ਹਾ ਸੀ ਮੈਂ ਰਜਾਲ ਸਿੰਘ ਖਾਣ ਪੀਣ ਵਿੱਚ ਲੇਕਿਨ ਜੋ ਅਸਲੇ ਪਾਬੰਦੀਆਂ ਨਾਲ ਘਰ ਦੇ ਦਿੰਦੇ ਨੂੰ ਬਾਹਰ ਮੈਂ ਫਿਰ ਬਾਹਰ ਦਿਲ ਕਰਦਾ ਉਹ ਕੋਸ਼ਿਸ਼ ਰੱਖੀ ਹੁਣ ਅੱਗੇ ਮੈਂ ਲਵੇੜੀ ਜਾਵਾਂ ਮੈਂ ਫਿਰ ਸਰੀਰ ਬਿਮਾਰ ਹੋ ਗਿਆ ਮੈਂ ਫਿਰ ਨਸਿਆ ਘਰ ਆਪਣੇ ਘਰ ਆਪਣੇ ਸ਼ੌਕ ਕਰਨਾ ਸ਼ੌਕ ਜੇ ਥੋੜ੍ਹਾ ਫਰਕ ਤਾਂ ਹੁੰਦਾ ਮਾੜਾ ਮੋਟਾ ਹਰ ਸ਼ਹਿਰ ਦੇ ਵਿੱਚ ਲੇਕਿਨ ਇੰਨਾ ਵੀ ਨਹੀਂ ਹੁੰਦਾ ਇੰਨਾ ਬੰਦਾ ਦਿਲ 'ਤੇ ਲਾ ਲੈਂਦਾ ਨਹੀਂ ਕੋਈ ਨਹੀਂ ਆ ਵੀ ਅਸੀਂ ਹੁਣ ਸਿਆਲਕੋਟ ਖੇਡੀਏ ਖੇਡਣਿਆ ਪਏ ਸਿਆਲਕੋਟ ਸਾਡਾ ਨਰਮ ਮੌਸਮ ਹੁਣ ਮੇਰੀ ਲੱਗੀ ਸੀ ਉਹ ਕੀ ਨਾਂ ਲਈਦਾ ਜੀ ਉਹ ਨਾਂ ਜੀ ਉਹਦਾ ਬੜਾ ਮਸ਼ਹੂਰ ਗਿਆ ਜਿਹੜਾ ਸਪਰੇਜ਼ ਉਹਦੇ ਨਾਲ ਮੇਰੀ 11 ਦਿਨਾਂ ਦੀ ਐਵਰੇਜ ਲੱਗੀ ਸੀ ਪੂਰੀਆਂ 11 ਦਿਨ ਦਾ ਕਟਾਈਆਂ ਨੇ ਉਹਦੇ ਨਾਲ ਇਸ ਤਰ੍ਹਾਂ ਹੀ ਲੱਗਦੀਆਂ ਸ਼ੌਂਕ ਜਿੰਨਾ ਕਰਨਾ ਉਹਨੇ ਕਰਨੀ ਹੈ ਤੌੜੀਆਂ ਛੱਤਾਂ ਦਾ ਸ਼ੌਂਕ ਹੋ ਜਾਂਦਾ ਬੰਦਾ ਬੜਾ ਅੱਛਾ ਰਹਿੰਦਾ ਮਾੜੀਆਂ ਛੱਤਾਂ ਦਾ ਸ਼ੌਂਕ ਲਾਉਣ ਕਈ ਭਰਾ ਨੇ ਜਿਹੜੇ ਮਾੜੇ ਮਾੜੇ ਸਾਲ ਲੱਭ ਕੇ ਲਾਉਂਦੇ ਨੇ ਜਾਂ ਮਗਰੋਂ ਆਉਂਦੇ ਨੇ 50 ਬੰਦਿਆਂ ਨਾਲ ਲਾਈਏ 60 ਨਾਲ ਲਾਈ ਕਹਾਣ ਅਸੀਂ 2-3 ਨਾਲ ਲਾ ਲੈਂਦੇ ਹਾਂ ਭਰ ਕੇ ਲਾ ਆਪਣੇ ਬਰਾਬਰ ਦੇ ਨਾਲ ਹੁਣ ਸਾਡਾ ਮੂੰਹ ਨੂੰ ਆਉਂਦਾ ਸ਼ੌਂਕ ਚੱਲਦਾ ਜਿਸ ਤਰ੍ਹਾਂ ਉਹ ਆਉਂਦਾ ਅਸੀਂ ਮੰਨ ਜਾਂਦੇ ਹਾਂ ਜਿਸ ਤਰ੍ਹਾਂ ਅਸੀਂ ਆਉਂਦੇ ਹਾਂ ਉਹ ਮੰਨ ਜਾਂਦੇ ਸ਼ੌਂਕ ਵੀ ਇੱਕ ਚੱਲ ਗਿਆ ਉਧਰੋਂ ਅਸਲੋਂ ਬਸ ਸਾਹਿਬ ਨੇ ਸਾਡੇ ਗਰੁੱਪ ਦੇ ਨੇ ਅਮਰ ਨਹੀਂ ਗਰੁੱਪ ਨੇ
ਸਾਡਾ ਸ਼ੌਕ ਲੱਗਦਾ ਮਤਲਬ ਸਾਨੂੰ 10 ਸਾਲ ਤੋਂ 10 ਕੁ ਸਾਲ ਦੇ ਹੋ ਗਏ ਮੇਰਾ ਹੁੰਦਾ 5 ਸਾਲ ਦੀਆਂ ਪਹਿਲਾਂ ਲੱਗੀਆਂ ਫਿਰ ਹਰ ਸਾਲ ਲੱਗਦੀ ਹੈ ਪਈ ਹੁਣ ਵੀ ਲੱਗ ਗਈ ਹੈ ਲੇਕਿਨ ਇਹ ਨਾ ਕਦੀ ਉਹਨੇ ਰੁਪਈਆ ਸੁਣਾ ਜਾਣੇ ਨਾ ਕਦੀ ਹਰ ਰੁਪਈਆ ਸੁਣਾ ਸ਼ੌਕ ਕਰਨ ਵਾਲਾ ਬੰਦਾ ਹੈ ਇਹ ਸ਼ਰਤਾਂ ਨਹੀਂ ਵੇਖਦਾ ਅੱਛਾ ਵੇਖੋ ਮੈਂ ਉਹਨਾਂ ਦੀ ਬਹੁਤ ਫਿਕਰ ਕਰਦਾ ਵਾ ਇੱਕ ਉਹਨਾਂ ਕੰਮ ਕੀਤਾ ਜਿਹੜਾ ਨਾ ਜਮਸ਼ੇਦ ਸਾਹਿਬ ਦੇ ਬੰਦੇ ਜਿਹੜੇ ਹਨ ਛੱਤ ਦੇ ਉਹਨਾਂ ਦੀ ਮੇਰੇ ਮੂਨ ਸਾਹਿਬ ਦੇ ਨਾਲ ਨਾ ਕੋਈ ਤਲਕ ਲਾਮੀ ਹੋ ਗਈ ਅੱਛਾ ਉਹਨੂੰ ਲੱਗ ਗਿਆ ਪਤਾ ਉਹਨੇ ਆ ਕੇ ਮੈਨੂੰ ਦੱਸਿਆ ਮੈਂ ਬੜ ਸਾਹਿਬ ਨੂੰ ਫੋਨ ਕੀਤਾ ਮੈਂ ਬੜ ਸਾਹਿਬ ਮੈਂ ਜਮਸ਼ੇਦ ਨਾਲ ਬਾਜੀ ਨਹੀਂ ਕਰ ਸਵੇਰੇ ਬਾਜੀ ਮੁੰਡਾ ਗੱਲ ਕਰ ਲੈ ਉਹਨੇ ਕਿਹਾ ਦੂਜਿਆਂ ਨਾਲ ਮੈਂ ਦੂਜਿਆਂ ਨਾਲ ਡਾਵਾਂਗਾ ਇਹਦੇ ਨਾਲ ਵੀ ਉੜ ਗਈ ਸੀ ਪਈ ਕੀ ਹੋਇਆ ਮੈਂ ਕਿਹਾ ਉਹਨਾਂ ਨਾਲ ਐਸਾ ਤਾਂ ਲਫਤ ਗਲਤ ਬੋਲ ਲੈਣਾ ਮੇਰੇ ਮੂੰਹ ਸਾਹਿਬ ਉਹਨੇ ਕਿਹਾ ਠੀਕ ਹੈ ਅੱਧੇ ਘੰਟੇ ਬਾਅਦ ਨਾਲ ਚੇਅਰਮੈਨ ਦਾ ਫੋਨ ਆ ਗਿਆ ਉਹਨੇ ਕਿਹਾ ਜੀ ਸਵੇਰੇ ਮੈਂ ਅਤੇ ਆਜ਼ਾਦ ਅਸੀਂ ਉੱਥੇ ਆਵਾਂਗੇ ਤੀਹ ਮੂੰਹ ਸਾਹਿਬ ਬਾਕੀ ਬੈਠੇ ਹੈ ਹਾਂਜੀ ਤੁਸੀਂ ਵੀ ਗਏ ਹੋ ਅਤੇ ਫਿਰ ਉਹ ਬਾਜੀ ਵੀ ਛੁੱਟੀ ਹੈ ਉਹਨਾਂ ਨਹੀਂ ਆਖਿਆ ਕਿ ਹਾਂ ਤੇ ਕੋਲ ਇੱਥੇ ਮੁਬਾਰਕ ਲੈਣੀ ਚਲੋ ਅਰਜਿਤ ਜਿਹੜੀ ਹੁੰਦੀ ਉਹ ਤਾਂ ਹੁੰਦੀ ਹੈ ਲੇਕਿਨ ਅਸੀਂ ਇਸ ਗੱਲ ਦੀ ਕਿ ਏਡੀ ਸਵੇਰੇ ਉੱਠ ਕੇ ਏਡੀ ਦੂਰ ਜਾਣਾ ਇੱਕ ਉਹ ਆਮ ਸੀ ਨਾ ਗੱਲ ਯਾਰ ਚੱਲ ਉੱਠ ਠਹਿਰ ਕੇ ਲੈ ਜਾਵਾਂਗੇ ਅਤੇ ਫਿਰ ਉਹ ਬੰਦਾ ਵੀ ਰਾਜ਼ੀ ਸਾਡਾ ਹੋ ਗਿਆ ਉਹਨੂੰ ਵੀ ਉਹਨਾਂ ਕੀਤਾ ਇਹ ਹੁੰਦਾ ਸ਼ੌਕ ਨਹੀਂ ਸ਼ੌਕ ਹੋਣਾ ਚਾਹੀਦਾ ਚੇਅਰਮੈਨ ਸ਼ੌਕ ਠੀਕ ਕਰਦਾ ਕਰੋ ਆਉਂਦਾ ਵੀ ਥੋੜ੍ਹਾ ਜਿਹਾ ਗੱਲਾਂ ਕਰਨ ਵਾਲੇ ਕਈ ਕਈ ਕਰਦੇ ਗੱਲਾਂ ਕਰਨ ਜਦੋਂ ਟੀਕੇ ਲਵਾਉਣ ਡਿਆ ਮੈਂ ਉਦੋਂ ਹੀ ਗੇਟ 'ਤੇ ਟੀਕੇ ਲਵਾਉਣਾ ਦੁਨੀਆਂ ਦਾ ਬਟਨ ਉੱਧਰੋਂ ਮੈਂ ਚਲਾਉਂਦਾ ਲੇਕਿਨ ਮੈਨੂੰ ਇੰਨੀ ਜ਼ਿਆਦਾ ਨਹੀਂ ਮਿਲੀ ਜਿੰਨੀ ਮੈਨੂੰ ਲਾਹੌਰ ਮਿਲੀ ਹੈ ਅਤੇ ਮੈਂ ਕਿਹਾ ਲਾਹੌਰ ਨਾਲ ਹਰ ਜਿਹੜੇ ਹੁਣ ਮੈਂ ਪੱਤ ਪੱਤ ਕਿਤੇ ਗੇ ਤੱਕ ਹੀ ਜਾਂਦਾ ਮੈਂ ਕਿਹਾ ਨਾ ਯਾਰ ਮੈਨੂੰ ਨਹੀਂ ਪਤਾ ਮੈਂ ਕਿਹਾ ਕਰਦੇ ਸ਼ੇਖ ਗੁਲਜ਼ਾਰ ਸਾਹਿਬ ਨੇ ਮਾਸ਼ਾ ਅੱਲਾਹ ਮਾਸ਼ਾ ਅੱਛਾ ਨਾਮ ਨਾਮਰ ਬੰਦਿਆਂ ਦੇ ਸਾਹਮਣੇ ਫਿਰ ਨਾਮਰ ਬੰਦੇ ਪੈਣੇ ਚਾਹੀਦੇ ਬੜੀ ਕੋਸ਼ਿਸ਼ ਕੀਤੀ ਚੌਧਰੀ ਦਾ ਹੀ ਆਪਣਾ ਪੁਆਇੰਟ ਆਫ ਵਿਊ ਸੀ ਚੌਧਰੀ ਬਸ ਤੁਸੀਂ ਵੀ ਗੱਲ ਕੀਤੀ ਮੈਂ ਵੀ ਗੱਲ ਕੀਤੀ ਨਾ ਬੜਾ ਤਰਲੇ ਕੀਤਾ ਯਾਰ ਇਹਨਾਂ ਦਾ ਹੋਵੇ ਤਾਂ ਸਾਡਾ ਹੋਣਾ ਨਿਕਲ ਗਿਆ ਤਾਂ ਵੀ ਨਿਕਲ ਗਿਆ ਸਾਡਾ ਵੀ ਹੋਵੇ ਦੇਖੋ ਮੇਰੇ ਨਾਲ ਨਾ ਜਦੋਂ ਮੈਂ ਫਸਟ ਟਾਈਮ ਗਿਆ ਨਾ ਮੁੱਲਾ ਸਾਹਿਬ ਨਾਲ ਬਾਜੀ ਲਾਉਣ ਮੇਰੇ ਨਾਲ ਸ਼ੇਖ ਗੁਲਜ਼ਾਰ ਸੀ ਇਹਨੇ ਮੈਨੂੰ ਕਿਹਾ ਮੇਰਾ ਨਾ ਮੁੱਲਾ ਨਾਲ ਸ਼ੌਕ ਕਰਾਓ ਮੈਂ ਚੱਲ ਚਲਾਉਂਦਾ ਅਸਲ ਮੈਨੂੰ ਉਹਦੀ ਨਾ ਉਹ ਅੱਤ ਜਿਹੜੀ ਨਾ ਬੜੀ ਗਲਤ ਲੱਗੀ ਸੀ ਉਹਨੇ ਅੱਜ ਕਰਕੇ ਨਾ ਅੱਜ ਲੱਤ ਰੱਖੀ ਹੈ ਸਾਹਮਣੇ ਅਸੀਂ ਬੈਠੇ ਹੁਣ ਸਾਡੀ ਤਬਦੀਲ ਹੋ ਰਹੀ ਹੈ ਨਾ ਕਿਉਂਕਿ ਮੈਂ ਤਬਦੀਲ ਕਰਨ ਵਾਲਾ ਵਾ ਤੁਹਾਡੀ 'ਤੇ ਲੱਤ ਰੱਖ ਕੇ ਉਹਨੇ ਥੱਲੇ ਲੱਤ ਲਈ ਬੈਠਕ ਸੀ ਨਾ ਯਾਰ ਇਸ ਬੰਦੇ ਨੂੰ ਮੈਂ ਤੁਹਾਨੂੰ ਇੱਜ਼ਤ ਨਹੀਂ ਦੇ ਸਕਦਾ ਤੇ ਮੈਨੂੰ ਤੁਹਾਨੂੰ ਇੱਜ਼ਤ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਵੀ ਕੋਸ਼ਿਸ਼ ਕਰਦੇ ਸੀ ਪਹਿਲੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਅਸੀਸ ਮਦਾਨ ਆਉਂਦੀ ਇੱਕ ਗੱਲ ਕੀਤੀ ਕਿ ਸ਼ੌਕ ਕਰਨਾ ਸ਼ੌਕ ਦੀ ਕੋਸ਼ਿਸ਼ ਕਰਨੀ ਉਹ ਲਿਖੀ ਲਿਖਾਈ ਵੀ ਹੋ ਗਈ ਸਭ ਕੁਝ ਹੋ ਗਿਆ ਦੂਜੀ ਛੱਤ ਵੀ ਸ਼ਾਮਿਲ ਹੋ ਗਈ
ਉਹ ਬਸ ਉਹ ਇੱਕ ਪੁਆਇੰਟ 'ਤੇ ਆ ਕੇ ਉਹ ਚੌਧਰੀ ਅੜ ਕੇ ਆ ਕੇ ਜਿੱਥੇ ਅਸੀਂ ਇੱਥੇ ਖੜਾ ਹੈ। ਨਹੀਂ ਨਹੀਂ ਉਹਦੇ ਵਿੱਚ ਡਾਕਟਰ ਸਾਹਿਬ ਕਰ ਪਤਾ ਕਿਉਂ ਕਿਉਂਕਿ ਬਾਰੀਆਂ ਲਿਖੀਆਂ ਗਈਆਂ ਨੇ ਸਾਰੀਆਂ ਮੁੰਡਾ ਸਾਰਾ ਕੁਝ ਤੈਅ ਹੋ ਗਿਆ ਸਹਿਣ ਕਰਨ ਦੀ ਵਾਰੀ ਆਈ ਉਹਨਾਂ ਕਿਹਾ ਜੀ ਲਾਹੌਰੋਂ ਵੀ ਛੱਡ ਕੇ ਇਹ ਪਹਿਲੋਂ ਰੱਖ ਦੇਣਾ ਲਹਣ ਦੇਹਣ ਤੋਂ ਪਹਿਲਾਂ ਪਹਿਲੋਂ ਬਾਰੀਆਂ ਨਾ ਲਾਉਣ ਦਿਆਂ ਤਾਂ ਉਹ ਦੋ ਛੱਤਾਂ ਅਸੀਂ ਤੁਹਾਨੂੰ ਧਿਆਨ ਦੇ ਤੁਸੀਂ ਸਾਨੂੰ ਉੱਥੋਂ ਦਿੰਦੇ ਹੋ ਸਾਨੂੰ ਕੋਈ ਲਾਹੌਰੋਂ ਵੀ ਦਿਓ ਉਹ ਲਿਖੀ ਜਾਂਦੀ ਨਾ ਲਿਖੀ ਜਾਂਦੀ ਉਹ ਬਾਅਦ ਦੇਖ ਉਹ ਜਦੋਂ ਸਾਰਾ ਕੁਝ ਲਿਖਿਆ ਗਿਆ ਸਹਿਣ ਹੋਣ ਦੀ ਵਾਰੀ ਆਈ ਤਾਂ ਉਹਨਾਂ ਕਿਹਾ ਲਾਹੌਰੋਂ ਛੱਡ ਦਿਓ ਉਹ ਕਹਿੰਦਾ ਨਵੀਦ ਕਹਿੰਦਾ ਹੈ ਕਿ ਮੈਂ ਮੈਨੂੰ ਲੱਗਦਾ ਸਾਨੂੰ ਕਨਫਿਊਜ਼ਨ ਹੋ ਗਈ ਹੈ ਕਹਿੰਦਾ ਕਿ ਮੈਂ ਜਿਸ ਵਕਤ ਸਟਾਰਟ ਹੋਇਆ ਮੈਂ ਉਸ ਵਕਤ ਕਹਿ ਦਿੰਦਾ ਕਿ ਅਸੀਂ ਤੁਹਾਨੂੰ ਇੱਥੋਂ ਦੇ ਰਹੇ ਹਾਂ ਮੈਂ ਕੋਲ ਬੈਠਾ ਉਹ ਹੁਣ ਵੀਡੀਓ ਸਾਰੀ ਚੈੱਕ ਕਰਨੀ ਪੈਣੀ ਹੈ ਕਰੋ 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 ਗੱਲ ਕਰ ਰਹੇ ਹੋ ਲੰਬਾ ਕੰਮ ਕਰੋ ਕਰੋ ਨਹੀਂ ਨਹੀਂ ਕਰੋ ਤੁਸੀਂ ਅਗਰ ਹੋਏਗੀ ਨਾ ਮੇਰੀ ਗੱਲ ਸੁਣੋ ਇੱਥੇ ਮੈਂ ਬੈਠਾ ਆਉਣਾ ਮੇਰਾ ਸਾਰਿਆਂ ਬੰਦਿਆਂ ਦਾ ਕੰਮ ਹੈ ਮੈਂ ਐਡਾ ਬੇਖਬਰਾਂ ਨਹੀਂ ਬੈਠਾ ਮੈਂ ਉੱਥੇ ਵੀ ਜਦੋਂ ਬੈਠਾ ਆਉਣਾ ਮੇਰਾ ਉਹਦਾ ਕੰਮ ਹੀ ਕੋਈ ਨਹੀਂ ਸੀ ਸ਼ੌਂਕ ਬਾਈ ਤੋਂ ਨਾ ਹੀ ਲੱਗਦੀ ਹੈ ਪਈ ਅਤੇ ਉਹ ਨਾ ਉਸ ਬੰਦੇ ਨੇ ਨਾ ਜਦੋਂ ਬਾਰੀਆਂ ਲਿਖਣੀਆਂ ਸ਼ੁਰੂ ਹੋਈਆਂ ਨਾ ਉਹਨਾਂ ਕਿਹਾ ਲਿਖੋ ਜੀ ਤੁਸੀਂ ਲਿਖਣੀਆਂ ਸ਼ੁਰੂ ਕੀਤੀ ਠੀਕ ਹੈ ਚੇਤਰ ਵਿਸਾਖ ਜੇਠ ਅੱਸੂ ਇਹ ਚਾਰ ਫਸਲਾਂ ਤੁਹਾਡੀਆਂ ਤੈਅ ਹੋਈਆਂ ਨੇ ਡਾਕਟਰ ਸਾਹਿਬ ਦੀਆਂ ਉਹਨਾਂ ਨਾਲ ਦੂਸਰੀ ਗੱਲ ਇੱਕ ਹੋਰ ਤੁਹਾਨੂੰ ਦੱਸਾਂ ਚੋਰੀ ਮੋਇਨਵਾ ਦੇ ਨਾਲ ਬੰਦਾ ਗਏ ਆ ਜਿੰਨੇ ਵੀ ਗਏ ਸਾਂ ਜਿਹੜੇ ਅਸੀਂ ਉੱਥੇ ਬੈਠੇ ਹੋਏ ਸਾਂ ਸਾਡੇ ਚੁੱਕ ਬੋਲਿਆ ਵਿੱਚ ਇੱਕ ਛੋਟੀ ਜਿਹੀ ਗੱਲ ਹੈ ਉਹਨਾਂ ਦਾ ਵੀ ਹੱਕ ਨਹੀਂ ਬਲ ਉਹ ਇੱਧਰੋਂ ਬੋਲ ਪੈਂਦਾ ਸੀ ਇੱਕ ਭਾਈ ਇੱਧਰੋਂ ਬੋਲ ਪੈਂਦਾ ਸੀ ਇੱਕ ਭਾਈ ਇੱਧਰੋਂ ਬੋਲ ਪੈਂਦਾ ਸੀ ਬਣਦਾ ਨਹੀਂ ਸੀ ਇੱਕ ਬੰਦੇ ਨੂੰ ਨਾਮਜ਼ਦ ਕਰਕੇ ਬਿਠਾਉਂਦੇ ਨਾਲ ਤਾਂ ਸ਼ੌਂਕ ਹੋ ਜਾਂਦਾ ਉਹ ਜਦੋਂ ਲਿਖਣ ਦੀ ਵਸਿਆਣ ਦੀ ਵਾਰੀ ਆਈ ਹੈ ਨਾ ਉਹਨੇ ਕਿਹਾ ਜੀ ਲਾਹੌਰੋਂ ਵੀ ਛੱਡ ਉਹਨੇ ਕਿਹਾ ਲਾਹੌਰੋਂ ਫਿਰ ਕਾਰ ਲੱਗ ਜੂ ਕੁਝ ਉੱਥੋਂ ਵੀ ਕਾਰਾਂ ਲੱਗ ਗਈਆਂ ਨਾਲ ਉਹਨੇ ਵੀ ਲੋਕ ਕਿਹਾ ਇਹਨਾਂ ਕਿਹਾ ਨਹੀਂ ਜੀ ਉੱਠ ਕੇ ਬਾਹਰ ਟੁੱਟ ਗਿਆ ਇਹਨਾਂ ਮੈਨੂੰ ਕਿਹਾ ਬਾਹਰੋਂ ਜਾਗਣਾ ਉਹਨੂੰ ਯਾਰ ਫੜ ਕੇ ਲਿਆ ਮੈਂ ਬਾਹਰ ਗਿਆ ਤਾਂ ਖਲੋਤਾ ਮੈਂ ਚਲੋ ਯਾਰ ਸਫ਼ਰ ਕੀਤਾ ਹੈ ਅਤੇ ਤੇਰੇ ਘਰ ਕਰਨਾ ਕਿ ਨਹੀਂ ਕਰਨਾ ਸਾਡਾ ਤਾਂ ਹੋ ਲੈਂਦੇ ਉਹਨੇ ਕਿਹਾ ਕਰਦਿਆਂ ਕਰਦਿਆਂ ਫਿਰ ਤੁਸੀਂ ਵੀ ਬਾਹਰ ਆ ਗਏ ਉਹ ਬਾਰ ਬਾਰ ਇੱਕੋ ਹੀ ਗੱਲ ਆਖਣ ਕਿ ਲਾਹੌਰੋਂ ਛੱਤ ਦੇ ਉਹ ਆਖੇ ਫਿਰ ਕਾਰਾਂ ਲਾਓ ਸਰ ਉਹਦੇ 'ਚ ਦੋ ਆਪਸ਼ਨਾਂ ਦਿੱਤੀਆਂ ਨਾ ਉਹਨੂੰ ਵੀ ਕਹਿ ਦਿੱਤੀ ਕਿ ਚਲੋ ਯਾਰ ਤੇਰੀ ਗੱਲ ਮੰਨੀ ਗਈ 2020 ਛੱਡ ਦੇ 2021 ਦੀ ਲਾਹੌਰੋਂ ਉਡਾ ਦੇ ਠੀਕ ਹੈ ਗੱਲ ਇਹ ਸੀ ਕਿ ਮਸਲਾ ਉੱਥੇ ਦੇਖੋ ਨਾ ਤੁਸੀਂ ਕਹਿ ਲਓ ਕਿ ਜਜ਼ਬਾਤੀ ਜਾਂ ਨਾ ਜਾਂ ਕੋਈ ਇਸ ਕਿਸਮ 'ਚ ਉਸ ਸਾਈਡ 'ਤੇ ਅੱਗੇ ਰੁਕਿਆ ਇਸ਼ੂ ਹੈ ਨਹੀਂ ਸੀ ਇਸ਼ੂ ਹੈ ਸੀ ਕਿ ਸ਼ੌਕ ਹੋਣਾ ਚਾਹੀਦਾ ਦੋਵਾਂ ਗੱਲ ਕਰ ਦਿੰਦੇ ਲਾਹੌਰ ਨਹੀਂ ਨਹੀਂ ਲਾਹੌਰ ਦੇ ਪਤੇ ਦੇਖੋ ਨਹੀਂ ਉਹਨਾਂ ਦਾ ਪੁਆਇੰਟ ਆਫ ਵਿਊ ਹੈ ਦੇਖੋ ਮੇਰੀ ਗੱਲ ਪੂਰਾ ਲਾਹੌਰ ਦਾ ਵੀ ਅਸੀਂ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਉਹਨਾਂ ਦਾ ਹਿਸਾਬ ਨਾਲ ਕਾਲਜ ਹੈ ਤੇ ਕਾਲਜ ਕੋਈ ਯੂਨੀਵਰਸਿਟੀ ਵਾਲੇ ਕਿਉਂ ਡਰਦੇ ਨਹੀਂ ਦੇਖੋ ਉਹ ਕਹਿੰਦੇ ਦੇਖੋ ਮੇਰੇ ਦਿਲ ਦਾ ਜਵਾਬ ਤੇ ਦਿਓ ਨਾ ਸਰ ਮੈਂ ਇਹ ਕੋਈ ਸ਼ਰਤ ਹੈ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਣਾ ਕਿ ਮੈਂ ਦਾ ਜਵਾਬ ਦਿੱਤਾ ਮੈਂ ਤੇ ਮੇਰਾ ਸਵਾਲ ਪੂਰਾ ਸੁਣ ਲਓ ਇੱਕ ਬੰਦਾ ਕਿਸੇ ਨੂੰ ਕਹਿੰਦਾ ਨਾ ਮੈਂ ਬਾਜ਼ੀ ਲਾਉਂਦਾ ਜਿਹੜੀ ਭਾਈ ਬਸ਼ਾ ਦਾ ਗੱਲ ਕੀਤੀ ਹੈ ਨਾ ਕਿ ਘਰ ਕੋਈ ਨਹੀਂ ਛੱਡ ਸਕਦਾ ਕਿਹਨੇ ਛੱਡਣਾ ਘਰ ਆਪਣਾ ਇਹ ਸ਼ੌਕ ਹੈ ਇਹ ਸ਼ੌਕ ਹੈ ਯਾਨੀ ਕਿ ਨਾ ਸ਼ੌਕ 10-15 ਦਿਨ 20 ਦਿਨ ਦਾ ਸ਼ੌਕ ਹੈ ਮਹੀਨਾ ਪਹਿਲੇ ਪੂਰੇ ਨੇ ਮੈਂ ਨਾ 2 ਮਹੀਨੇ ਆਪਣਾ ਘਰ ਬਾਹਰ ਛੱਡ ਕੇ ਕੋਈ ਬੰਦਾ ਬੈਠ ਸਕਦਾ ਇਹ ਦੀ ਗੱਲ ਹੁੰਦੀ ਜਿਹੜਾ ਬੰਦਾ ਇਹ ਗੱਲ ਕਹਿੰਦਾ ਉਹਨੂੰ ਕਹੋ ਗੁਜਰਾਂ ਲਿਆਓ ਦਿਓ ਸਾਨੂੰ ਚੱਲ ਗੁਜਰਾਂ ਲਿਆ ਕੇ ਦਿਓ ਚੱਲ ਹੋ ਗਿਆ ਮੁਕੰਮਲ ਸਵਾਲ ਇਹ ਫਜ਼ੂਲ ਸਵਾਲ ਜਿਹੜਾ ਹੁੰਦਾ ਨਾ ਉਹਨੂੰ ਤੁਸੀਂ ਕੱਟਿਆ ਕਰੋ ਸ਼ੌਕ ਕਰਨਾ ਹੋਵੇ ਨਾ ਤੈਅ ਕਰਨਾ ਹੋਵੇ ਉਹਦੇ ਵਿੱਚ ਸਿਰਫ 2 ਗੱਲਾਂ ਹੁੰਦੀਆਂ ਨੇ ਭਾਜੀ ਮੇਰੀ ਫਲਾਣੀ ਜਾਤ ਤੋਂ ਨਹੀਂ ਮੇਰੀ ਫਲਾਣੀ ਜਾਤ ਲਾਣੀ ਹੈ ਸ਼ੌਕ ਵਿਸ਼ ਬਜ਼ਾਰ ਨਹੀਂ ਲਾਣੀ ਜਵਾਬ ਦੇ ਦਿਓ ਨਹੀਂ ਲਾਣੀ ਗੱਲ ਖਤਮ ਹੋ ਜਾਂਦੀ ਲਾਹੌਰ ਅਕਸਰ ਹੀ ਅਸੀਂ ਇਹ ਸੁਣੇ ਹਾਂ ਜਦੋਂ ਵੀ ਅਸੀਂ ਗਏ ਹਾਂ ਜਦੋਂ ਵੀ ਵੇਖੇ ਹਾਂ ਇਹ ਲਾਹੌਰ ਆਓ ਜੀ ਕੌਣ ਆਪਣਾ ਘਰ ਛੱਡ ਕੇ ਜਾ ਸਕਦਾ ਉਹ ਜਾਂਦਾ ਕੋਈ ਵੀ ਨਹੀਂ ਜਾ ਸਕਦਾ ਇਹੀ ਗੱਲ ਅਸੀਂ ਇਹ ਕਰੀਏ ਆਓ ਜੀ ਵੀਰਾਂ ਵਾਲੇ ਆ ਕੇ ਸਾਨੂੰ ਜਾ ਕੇ ਦਿਓ ਦੇਖਿਆ ਸਾਨੂੰ ਕੋਈ ਜੱਤ ਵੀਰਾਂ ਵਾਲੇ ਆ ਰਿਹਾ ਕੌਣ ਨਿਕਲਿਆ ਲਾਹੌਰ ਨਿਕਲ ਕੇ ਇੱਥੇ ਆ ਕੇ ਜਿਹੜਾ ਨਾ 70 ਕਿਲੋਮੀਟਰ ਆ ਕੇ ਇੱਥੇ ਆ ਕੇ ਬਵੇਗਾ ਇੱਥੇ ਆ ਕੇ ਖੱਪੇਗਾ ਕੌਣ ਸਾਨੂੰ ਦੇਗਾ ਜੱਤ ਘਰ ਬਾਰ ਛੱਡੇਗਾ ਬੱਚਿਆਂ ਨੂੰ ਛੱਡੇਗਾ ਆਪਣੀ ਜਾਤ ਉਡਾਓ ਬੜੀ ਬਿਹਤਰੀਨ ਬੜੀ ਵਧੀਆ ਗੱਲ ਹੈ ਇਸ ਤੋਂ ਅੱਛੀ ਗੱਲ ਕੋਈ ਨਹੀਂ ਲਾਣਾ ਕਿਸੇ ਨੂੰ ਇਹ ਚੀਜ਼ ਤੇ ਹਿੱਟ ਕਰੋ ਹੀ ਨਾ ਤੂੰ ਲਾਹੌਰ ਆ ਮੈਂ ਤੂੰ ਗੁਜਰਾਂ ਵਾਲੇ ਆ ਉਹ ਆ ਕੇ ਤੂੰ ਜਾ ਸਰ ਮੇਰੀ ਗੱਲ ਸੁਣੋ ਹਰ ਇੱਕ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ ਪੁਆਇੰਟ ਆਫ ਵਿਊ ਗਲਤ ਜਿਹੜਾ ਹੋਵੇ ਉਹਨਾਂ ਨੂੰ ਉਹਨੂੰ ਕੱਟ ਰਿਹਾ ਕਰੋ ਸਰ ਮੇਰੀ ਗੱਲ ਲਾਹੌਰ ਦੀ ਇੱਕ ਕੁੜੀ ਹੈ ਪਿਆਰ ਸਾਹਿਬ ਦਾ ਵੀ ਨਾਂ ਲੈਣਾ ਠੀਕ ਹੈ ਉਹ ਕਹਿੰਦੇ ਨੇ ਕਿ ਜੀ ਉਹਨਾਂ ਦੀ ਲੈ ਲੈਂਦੇ
ਮੈਂ ਬਾਕੀਆਂ ਦੇ ਨਾਲ ਨਹੀਂ ਕਰਦਾ ਕਿਉਂਕਿ ਲਾਹੌਰ ਦਾ ਜਿਹੜਾ ਮੌਸਮ ਹੈ ਉਹ ਮੈਚ ਨਹੀਂ ਕਰਦਾ, ਗੇਟ ਦਾ ਮੌਸਮ ਮੈਚ ਨਹੀਂ ਕਰਦਾ। ਅਸੀਂ ਲਾਹੌਰੋਂ ਬਾਹਰ ਜਾਂਦੇ ਨੰਬਰ 'ਤੇ ਜਿਹੜੀ ਇਹ ਬਹਿਸ ਜਿਹੜੀ ਸੀ ਨਾ, ਬਹਿਸ ਜਿਹੜੀ ਸੀ ਸਿਆਲੀ ਹੋਣੀ ਸੀ ਕਸ਼ੂਰੀ ਅਤੇ ਲਾਹੌਰ, ਠੀਕ ਹੈ, ਉਹ ਚੱਲ ਜਾਏਗੀ। ਉਹਦੇ 'ਚ ਆ ਕੇ ਬਹੁਤ ਸਾਰੇ ਲੋਕ ਸਾਡੇ ਵੱਲੋਂ ਕਹਿ ਲਓ ਜਾਂ ਸਾਡੇ ਪੇਜ ਤੋਂ ਕਹਿ ਲਓ ਇੱਕ ਇੰਟਰਵਿਊ ਆ ਗਿਆ, ਉਹਦੇ ਬਾਅਦ ਹੋ ਗਈ ਖਾਮੋਸ਼, ਉਹਦੇ ਬਾਅਦ ਲੋਕ ਸ਼ੁਰੂ ਹੋ ਗਏ, ਵਟਸਐਪ ਗਰੁੱਪਾਂ ਸ਼ੁਰੂ ਹੋ ਗਏ, ਵਟਸਐਪ ਗਰੁੱਪ ਸ਼ੁਰੂ ਹੋ ਗਏ, ਹੋ ਗਏ। ਉਹਦੇ ਬਾਅਦ ਸ਼ਿਆਲਕੋਟ ਦੇ ਮੁੰਡਾ ਆਇਆ ਕਾਮਰਾਨ ਖਾਬੀ ਦਾ, ਉਹ ਲਾਈਵ ਸ਼ੁਰੂ ਹੋਇਆ, ਚੌਧਰੀ ਸਾਹਿਬ ਉਹਦੇ ਕੋਲ ਪਹੁੰਚ ਗਏ, ਪਹੁੰਚ ਗਏ, ਉਹਨੂੰ ਥੱਪੀ ਜੱਪੀ ਦਿੱਤੀ, ਮੈਂ ਹੁਣ ਦੱਸ ਦਿੰਦਾ ਮੈਨੂੰ। ਉਸ ਤੋਂ ਬਾਅਦ ਤੁਸੀਂ ਕਾਮਰਾਨ ਖਾਬੀ ਨੂੰ ਕਿਤੇ ਦੇਖਿਆ? ਨਹੀਂ, ਉਸ ਤੋਂ ਬਾਅਦ ਉਹ ਹੋ ਗਿਆ, ਪਰ ਉਹਦੇ ਬਾਅਦ ਆ ਕੇ ਚੌਧਰੀ ਸਾਹਿਬ ਆ ਇੰਟਰਵਿਊ ਆਇਆ, ਉਹਦੇ ਚ ਜਜ਼ਬਾਤੀ ਹੋ ਗਈ, ਐਂਜੀ ਹੋਇਆ, ਯਾਨੀ ਜਿੱਥੋਂ ਗੱਲ ਜੁੜੀ ਹੋਈ ਸੀ ਗੱਲ ਕਿਤੇ ਹੋਰ ਸੀ, ਪੱਠੀ ਕਿਹੜੀ ਹੋਰ ਸੀ, ਉਹ ਕਿਤੇ ਹੋਰ ਬਣੀ। ਅੱਛਾ, ਠੀਕ ਹੈ, ਉਹਦੇ ਬਾਅਦ ਦੂਜੇ ਨਾਲ ਰਾਬਤੇ ਸ਼ੁਰੂ ਹੋ ਗਏ, ਤੁਹਾਡੇ ਨਾਲ ਵੀ ਰਾਬਤਾ ਹੋ ਜਾਂਦਾ, ਮੈਂ ਕਿਹਾ ਠੀਕ ਹੈ, ਉਹ ਕਹਿੰਦੇ ਜੀ ਅਸੀਂ ਆਈਏ ਕਿ ਤੁਸੀਂ ਆਓ, ਕਿਉਂਕਿ ਨਵੀਨ ਸਾਹਿਬ ਨੇ ਤੁਹਾਡੇ ਨਾਲ ਸ਼ੌਕ ਦਾ ਕਹਿ ਦਿੱਤਾ, ਐਂਜ ਮੈਂ ਗਲਤ ਨਹੀਂ ਕਹਿ ਰਿਹਾ, ਠੀਕ, ਉਹ ਕਹਿੰਦੇ ਜੀ ਠੀਕ ਹੈ, ਉਹ ਕਹਿੰਦੇ ਜੀ ਫਿਰ ਚੌਧਰੀ ਸਾਹਿਬ ਨਾਲ ਵੀ ਰਾਬਤਾ ਹੋ ਜਾਣ, ਕਹਿੰਦੇ ਜੀ ਹੋ ਗਿਆ, ਕਹਿੰਦਾ ਜੀ ਉਹ ਮੇਰੇ ਵੱਲ ਆ ਰਹੇ, ਫਿਰ ਜੰਮੂ ਬੱਕਰ ਗੁਲਜ਼ਾਰ ਦਾ ਮਾਮਲਾ ਆ ਗਿਆ, ਕੋਈ ਇੱਕ ਨਹੀਂ ਚੀਜ਼ਾਂ ਤੋਂ ਚੀਜ਼ਾਂ ਆਉਂਦੀਆਂ ਨਹੀਂ, ਉਹ ਕਹਿੰਦੇ ਠੀਕ ਹੈ, ਇਸ ਤਰ੍ਹਾਂ ਕਰਦੇ ਤੁਸੀਂ ਉੱਥੇ ਨਹੀਂ ਇੱਥੇ ਤਾਂ ਲਾਉਣਾ, ਤੁਸੀਂ ਕਹਿੰਦੇ ਤੁਸੀਂ ਲਾਉਣਾ ਜੋ ਸਾਰੇ ਜੋ ਕੇ ਆ ਗਏ, ਬੜੀ ਠੀਕ ਗੱਲ ਸ਼ੁਰੂ ਹੋ ਗਈ, ਕਹਿੰਦੇ ਜੀ ਸ਼ੌਕ ਕਰਨਾ ਤਾਂ ਕਿਤੋਂ ਵੀ ਹੋ ਸਕਦਾ, ਕਬੂਤਰ ਕਬੂਤਰ ਚੜ੍ਹੋ ਆਪਣਾ ਫਲ ਹੀ ਦਿਖਾਉਣਾ ਨਾ, ਸਿਆਲਕੋਟ ਵਾਲੇ ਸਾਡੇ ਕੋਲ ਜਿਹੜੇ ਛਾਨੇ ਮਾਨੇ ਦੇ ਕਬੂਤਰ ਨੇ, ਛਾਨੇ ਮਾਨੇ ਟੋਲ ਰਹੀ ਹੈ, ਕਬੂਤਰ ਨੇ ਜਿੰਨੇ ਸਪਾਹ ਨੇ ਆਪਣਾ ਫਨ ਮਹਾਰੇ ਕੋਲ ਜਿਹੜੇ ਵੀ ਕਬੂਤਰ ਨੇ ਮੈਂਟਲੀ ਅਪਰੋਚ ਹੋ ਰਹੀ ਹੈ ਤੇ ਉਹਨੇ ਉਹ ਕਬੂਤਰ ਰੱਖਿਆ ਉਹਨੂੰ ਉਹ ਅੱਛੇ ਲੱਗਦੇ ਨੇ ਉਹ ਕਬੂਤਰ ਰੱਖਿਆ ਜੀ ਮੈਂ ਗੱਲ ਕਰਾਂ ਮੈਂ ਤਾਂ ਕੀ ਚੰਗੇ ਲੱਗਦੇ ਨੇ ਮੈਂ ਸੱਚੇ ਨੂੰ ਪੜਿਆ ਲੱਗਦਾ ਇਹਨਾਂ ਨੂੰ ਸਿਆਰਪੁਰ ਦੇ ਚੰਗੇ ਲੱਗਦੇ ਨੇ ਇਹਦੇ ਬੈਸ ਕੋਲ ਨੇ ਮੈਂ ਤੁਹਾਨੂੰ ਦੱਸਾਂ 10 ਰੁਪਏ ਮੈਂ ਗੱਲ ਜਾਣ ਕਰ ਰਹੀ ਸੀ ਲਾਉਣ ਜੀ 10 ਰੁਪਏ ਹੋਇਆ ਹੈ ਇੱਕ ਚੌਧਰੀ ਮੋਹਿੰਦ ਨਵਾਜ਼ ਦੇ ਮੁੜਿਆ ਹੈ ਅਤੇ ਤੁਸੀਂ ਔਨ ਕੈਮਰੇ 'ਤੇ ਆ ਕੇ ਕਰ ਦਿੱਤਾ ਕਿ ਜੀ ਮੈਂ ਬੜਾ ਮਜ਼ਬੂਤ ਹੋਇਆ ਠੀਕ ਉੱਥੇ 10 ਰੁਪਏ ਉਭਰਿਆ ਕਿਉਂਕਿ ਮੇਰੇ ਕੋਲ ਫੇਫੜਾ ਲੋਕਾਂ ਦੇ ਥਰੂ ਆਇਆ ਤਾਂ ਆਪਣੇ ਨੇ ਗੱਲ ਕਰ ਰਿਹਾ ਇਮਾਨਦਾਰੀ ਨਾਲ ਤੁਹਾਨੂੰ ਨਹੀਂ ਕਿ ਅਕਸੂਏ ਦਾ 10 ਰੁਪਏ ਉਭਰਿਆ ਤੁਸੀਂ ਉੱਥੇ ਜ਼ਿਆਦਾ ਸਾਈਡ ਜਿਹੜੀ ਲਈ ਉਹ ਤੁਹਾਨੂੰ ਸਾਬਤ ਕਰੋ ਠੀਕ ਹੈ ਪਤਾ ਕਿ ਨਹੀਂ ਲੱਗੀ ਸੀ ਤੁਸੀਂ ਉਹਦੇ 'ਤੇ ਕਮੈਂਟ ਨਾ ਵੀ ਕਰਦੇ ਜਿਸ ਤਰ੍ਹਾਂ ਮੁਬੱਸ਼ਰ ਨੇ ਜੀ ਮੁਬੱਸ਼ਰ ਨੇ ਜੀ ਜਿਹੜਾ ਅਸਲ ਸਟੈਂਡ ਲਿਆ ਹੋਇਆ ਜਿਹਾ ਕਿ ਜੀ ਚੌਂਕ ਉਸਤਾਦ ਮਜ਼ਬੂਤ ਹੋਏ ਨੇ ਮੈਂ ਇਹਨਾਂ ਨਾਲ ਸ਼ੌਕ ਕਰਦਾ ਮੈਂ ਬਹਿ ਕੇ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਪਹਿਲੇ ਚੀਜ਼ ਨੂੰ ਸੋਚੋ ਸਮਝੋ ਦੇਖੋ ਕਿ ਮੈਂ ਕਿਹਾ ਉੱਥੇ 11 ਹੋ ਮੇਰੀ ਅੱਛਾ ਠੀਕ ਹੈ ਅਤੇ ਮੈਂ ਕਿਹਾ ਲਾਂਚ ਕਰ ਦਿਓ ਅਤੇ ਮੈਂ ਕਿਹਾ ਉਹਨਾਂ 11 ਨਾਲ ਵੱਧ ਕੇ ਲੱਗ ਗਈ ਹੋਵੇ ਉਹਨਾਂ ਨੂੰ ਆਵਾਜ਼ ਦੇਣਾ ਉਸ ਵਕਤ ਧੱਕੇ ਹੀ ਬਣ ਗਈ ਜਾਂ ਫਿਰ 11 ਨਹੀਂ ਉਡਾਉਣੇ ਨੱਕਿਆ ਇਹਨੇ ਕਹਿ ਕੇ ਹਾਂਜੀ ਮੈਨੂੰ ਗੱਲ ਤੁਹਾਡੀ ਸਮਝ ਆ ਗਈ ਮੈਂ ਕਿਹਾ ਯਾਰ ਉਸ ਵਕਤ ਗੱਲ ਕਰੋ ਨਹੀਂ ਲੋਕ ਡਰਾਮਾ ਕਹਿਣਗੇ ਲਾਂਚ ਤਾਂ ਆਲਰੇਡੀ 7 ਉੱਡ ਰਹੇ ਨੇ ਉਹਨੇ 11 ਦੀਆਂ ਬਾਜ਼ੀਆਂ ਲਾਈਆਂ ਹੋਈਆਂ ਅਤੇ ਕਿਸ ਤਰ੍ਹਾਂ ਦੇ ਕੰਮ ਚੱਲ ਰਿਹਾ ਜੀ ਠੀਕ ਹੈ ਜਿਹੜਾ 10 ਰੁਪਏ ਆ ਨਾ ਹੁਣ ਚੌਧਰੀ ਉਹਨੇ ਥੋੜ੍ਹੀ ਜਿਹੀ ਨਜ਼ਰ ਦਿਖਾ ਲੈਂਦਾ ਜਿਹੜੀ ਇੰਨੀ ਬੜੀ ਉਹ ਚੀਜ਼ ਤੋਂ ਥੋੜ੍ਹਾ ਜਿਹਾ ਆ ਜਾਂਦਾ ਥੋੜ੍ਹੀ ਜਿਹੀ ਮੇਰੀ ਗੱਲ ਸੁਣਦੀ ਅੱਜ ਬਿਲਕੁਲ ਥੋੜ੍ਹਾ ਤੁਹਾਡੀ ਨਹੀਂ ਸੁਣਦੀ ਤੌਰ 'ਤੇ ਦੀ ਸੁਣਦੀ ਸਾਡੀ ਸਿਰਫ ਦੌੜ ਸੀ ਮੁੱਲਾਂ ਤੱਕ ਸਾਡਾ ਚੋਰੀ ਮੋਇਨਵਾ ਸੀ ਰੀਤ ਉਹਨੇ ਸਾਡੀ ਛੱਤ ਦਾ ਨਾਂ ਲੈ ਲਿਆ ਅਸੀਂ ਉਹਦੀ ਗੱਲ 'ਤੇ ਪਾਣੀ ਦੇ ਦਿੱਤਾ ਜੀ ਕਹਾਂਗੇ ਯਾਰ ਇਹਨੇ ਨਾਂ ਲਿਆ ਇਹਨੂੰ ਕੰਨ ਨਹੀਂ ਮਾਰ ਠੀਕ ਹੈ ਜਦੋਂ ਅਸੀਂ ਗਏ ਨਾ ਨਵੀਦ ਵੱਲ ਨਵੀਦ ਦਾ ਮੇਰਾ ਡਾਇਰੈਕਟ ਕੈਮ ਹੋਇਆ ਠੀਕ ਹੈ ਬਿਲਕੁਲ
ਅਬੂ ਬੱਕਰ ਦੀ ਵਜ੍ਹਾ ਦੇ ਨਾਲ ਲੋ ਗੁਜਰਾਂ ਇਹਨਾਂ ਨੇ ਚੁੱਕਿਆ ਪਰੇ ਅਤੇ ਉੱਥੇ ਲੈ ਗਏ ਇਕੱਠ ਜਿਹੜਾ ਵੇ ਲਾਹੌਰ ਅਤੇ ਅਬੂ ਬੱਕਰ ਨੇ ਇੱਥੇ ਆਉਣਾ ਅਸਾਂ ਨੂੰ ਕਿਹਾ ਯਾਰ ਸਾਡੇ ਦੋਸਤਾਂ ਦੇ ਨਾਲ ਵਿੱਚੋਂ ਕੋਈ ਨਾਰਾਜ਼ ਨਾ ਹੋਵੇ ਅਬੂ ਬੱਕਰ ਉੱਥੇ ਫਿਰ ਕੋਈ ਨਾ ਆਇਆ ਠੀਕ ਹੈ ਦੂਸਰੇ ਨੰਬਰ 'ਤੇ ਜਦੋਂ ਮੋਈਨਵਾਲ ਸਾਹਿਬ ਚਲੇ ਗਏ ਨੇ ਨਾ ਸਾਨੂੰ ਕਿਸੇ ਆਖੇ ਨਹੀਂ ਬਾਜ਼ੀ ਲਾਓ ਸਾਨੂੰ ਉਹਨੇ ਇੱਕ ਛੱਤ ਦਿੱਤੀ ਹੈ ਅਸਾਂ ਕਿਹਾ ਬਿਸਮਿਲਾਹ ਸ਼ੇਖ ਗੁਲਜ਼ਾਰ ਵੀ ਛੱਤ ਸੂਗੀ ਲਾਈ ਉਹਦੇ ਨਾਲ ਉਹ ਨਾ ਫੋਨ ਕੀਤਾ ਉਹਨਾਂ ਕਿਹਾ ਮੈਂ ਤਾਂ ਕਬੂਤਰ ਹੀ ਨਹੀਂ ਪੁੱਟੇ ਤਾਂ ਮਯੂਸ ਨਹੀਂ ਹੋਏ ਤਾਂ ਕੀ ਹੋਇਆ ਕੱਦ ਕੀ ਲੈਣ ਗਏ ਆ ਸਾਡਾ ਚੋਰੀ ਮੋਈਨਵਾਲ ਨਾਲ ਤੱਲਕ ਉੱਥੇ ਜਾਣ ਤੱਕ ਨਾ ਮੈਂ ਗੱਲ ਕਰਾਂ ਅਗਰ ਮੈਨੂੰ ਸ਼ੌਕ ਹੈ ਨਾ ਮੈਨੂੰ ਸ਼ੌਕ ਸੀ ਤੁਹਾਡੇ ਨਾਲ ਬਾਜ਼ੀ ਲਾਉਣ ਦਾ ਤੇ ਜੇ ਮੈਂ ਮੌਸਮ ਵੇਖਣਾ ਨਾ ਫਿਰ ਮੈਂ ਤੁਹਾਡੇ ਨਾਲ ਗੱਲ ਨਾ ਕਰਾਂ ਜੇ ਸ਼ੌਕ ਕਰਨਾ ਫਿਰ ਮੌਸਮ ਨਾਲ ਔਰ ਹਰ ਸਤਾ 'ਤੇ ਪੈਦਾ ਮਸਲਾ ਕੀ ਹੈ ਕਿ ਅਸੀਂ ਹੁਣ ਬਿਹਤਰੀ ਵੱਲ ਚੱਲ ਜਿਹੜੇ ਚੀਜ਼ਾਂ ਹੋ ਰਹੀਆਂ ਉਹਨਾਂ ਨੂੰ ਸਪੀਡ ਦੇ ਜਾਣ ਦਾ ਕੀ ਰਹਿ ਮਤਲਬ ਕਿ ਪਹਿਲਾਂ ਬਾਰਿਸ਼ ਦਾ ਕਤਰਾ ਕਰਕੇ ਬਣ ਗਿਆ ਜਦ ਉਹ ਲੱਗ ਜਾਏਗੀ ਨਾ ਤਾਂ ਦੁਨੀਆ ਦੇਖਣਾ ਸ਼ੁਰੂ ਹੋ ਜਾਏਗੀ ਕਿ ਲੋ ਜੀ ਕੰਮ ਸਟਾਰਟ ਹੈ ਜਿਹੜੀ ਗੱਲ ਹੈ ਨਾ ਉਹਨੂੰ ਉਪਰਲੀ ਬੈਨ ਕਰ ਦਿਓ ਜਿਹੜਾ ਇਹ ਲਾਹੌਰ ਗੁਜਰਾਲਾ ਸਿਆਲਕੋਟ ਮੇਹਣੇ ਪਿੰਡ ਹੈ ਇਹਨੂੰ ਬੈਨ ਕਰ ਸਾਰੇ ਭਾਈ ਆ ਵੇਖੋ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਲਾਹੌਰ ਬੁਲਾਇਆ ਅਸੀਂ ਲਾਹੌਰ ਆਏ ਖੇਡੀ ਆਣ ਕੇ ਜਿਸ ਬੰਦੇ ਨੇ ਸਾਨੂੰ ਲਾਹੌਰ ਬੁਲਾਇਆ ਉਹਨੇ ਸਾਡੇ ਨਾਲ ਕੋਈ ਰਾਤੋਂ ਲਾਈ ਨੱਸ ਕੇ ਨਹੀਂ ਜਾ ਸਕੇ ਅਤੇ ਫਿਰ ਅਸੀਂ ਫਿਰ ਚੁੱਪ ਕਰ ਗਏ ਅਸੀਂ ਉੱਥੇ ਹੁੰਦੇ ਮੁੰਡਾ ਤਾਰਾਂ ਵਾਲੇ ਮੋਸਟਵਾ ਗੁਜਰਾਤ ਆਉਂਦਾ ਸਾਡੀ ਗੱਲ ਇਹ ਸ਼ੌਕ ਹੋਣਾ ਚਾਹੀਦਾ ਆਪਣੇ ਘਰ ਦਾ ਜੇ ਕਿਸੇ ਦਾ ਦਿਲ ਮੰਨੇ ਕਰ ਲਵੇ ਨਹੀਂ ਮੰਨਦਾ ਤੇਰੀ ਗੁਰ ਗੱਲ ਹੈ ਤੇਰੀ ਗੱਲ ਪਰ ਸ਼ੌਕ ਹੁੰਦੇ ਰਹੇ ਦੇਖੋ ਚੌਦੀ ਸਕੀ ਨੇ ਪਿੰਡੀ ਤੋੜ ਆਈ ਠੀਕ ਹੈ ਫਿਰ ਉਹ ਚਾਰ ਤੋੜ ਫਿਰ ਉਹਦੇ ਬਾਅਦ ਉਹ ਦੁਬਈ ਮੋਨੇ ਨੇ ਆਪ ਘਰ ਚੱਲ ਕੇ ਦੁਬਈਓ ਵੀ ਉਡਾਈ ਹੋਰ ਮੁਸ਼ਕਿਲ ਜਗ੍ਹਾ ਡਾਕਟਰਾਂ ਨੂੰ ਲੈ ਲਓ ਉਹਨਾਂ ਨੇ ਆਪਣੇ ਘਰੋਂ ਵੀ ਉਡਾਈ ਬਾਹਰ ਇੱਕ ਟੱਪ ਦੇਖੋ ਨਾ ਮੈਂ ਨਹੀਂ ਉਹਦੇ ਨਾਲ ਲੱਗਦੀ ਮੈਂ ਨਹੀਂ ਕਬੂਤਰ ਫੜੇ ਜਾਂਦੇ ਤੇ ਮੈਂ ਹਾਰ ਗਿਆ ਇਹਦਾ ਮਤਲਬ ਕਿ ਗੁਜਰਾਂ ਵਾਲਾ ਫੇਲ ਹੋ ਗਿਆ ਕਾਮਯਾਬ ਹੋ ਗਿਆ ਇਹ ਮੇਰੇ ਕੋਲ ਹਰ ਦਿਨ ਦੇ ਲਾਹੌਰ ਫੇਲ ਹੋ ਗਿਆ ਨਹੀਂ ਜੀ ਉਸਤਾਦ ਜੀ ਮੈਂ ਇੱਕ ਗੱਲ ਕਰਾਂਗਾ ਸ਼ਹਿਰਾਂ ਦੀ ਕਬੂਤਰਬਾਜ਼ੀ ਅਗਰ ਕਿਸੇ ਵੀ ਬੰਦੇ ਦਾ ਦਿਲ ਹੈ ਨਾ ਅਤੇ ਮੈਂ ਸ਼ੌਕ ਕਰਨਾ ਉਹਦਾ ਦਿਲ ਜੇ ਉਹ ਉਹਦੇ ਕੋਲ ਇਤਨੀ ਪਾਵਰ ਹੈ ਕਿ ਘਰੋਂ ਡਾ ਸਕਦਾ ਅਤੇ ਉਹ ਗੱਲ ਕਰੇ ਨਹੀਂ ਤਾਂ ਘਰੋਂ ਗੱਲ ਨਾ ਠੀਕ ਹੈ ਗੱਲਾਂ ਕਰਕੇ ਆਪਣੇ ਆਪ ਨੂੰ ਵੱਡਾ ਕਰਨਾ ਠੀਕ ਹੈ ਅਤੇ ਫਿਰ ਉਹ ਗੱਲ ਨਹੀਂ ਠੀਕ ਹੈ ਬੈਸਾਖ ਵੀ ਉੜਿਆ ਹੋਇਆ ਆਹ ਤੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਅਸੂ ਚੇਤਰ ਤੇ ਬੈਸਾਖ
ਇਹ ਉੱਡੇ ਹੋਏ ਆਪਣੇ ਲਾਹੌਰ ਤੋਂ ਬਾਹਰ, ਲਾਹੌਰ ਤੋਂ ਬਾਹਰ ਇੱਕ ਜਗ੍ਹਾ ਉੱਡ ਗਏ। ਅਤੇ ਅਸੀਂ ਬਿਰਲਾ ਚੋਂ ਨਾ ਅਸਲ ਕੰਮ ਲਾ ਦੇ ਅਤੇ ਜਿਸ ਤਰ੍ਹਾਂ ਸਾਡਾ ਆਰਡਰ ਹੋ ਗਿਆ ਸਾਰਾ ਪਾਕਿਸਤਾਨ ਗਿਆ ਚੁੱਕਣਾ। ਇਹ ਸਾਡੇ ਮੂੰਹ ਸੁਣਿਆ ਜੇ ਕਦੀ ਸੁਣਿਆ ਜੇ ਅਸੀਂ ਪੁਕਲਾ ਬਾਜ਼ੀ ਲਾਉਣੀ ਹੈ ਜਦੋਂ ਵਧੀਆ ਵਜ੍ਹਾ ਦੱਸ ਦਿਓ। ਵਧੀਆ ਇਹ ਵੇ ਕਿ ਸਾਡੀ ਪਹੁੰਚ ਤਾਂ ਦੂਰ ਹੈ। ਅੱਛਾ ਪਹਿਲੀ ਨੰਬਰ 'ਤੇ ਵੇ ਰੋਜ਼ ਹੀ ਨਹੀਂ ਆ, 10 ਘੰਟੇ ਡਰਾਈਵ ਕਰ ਲਈਏ ਕਿ ਬੰਦਾ ਚਾਹੋ ਤਾਂ ਕਰ ਲਈਏ ਮੂੰਹ ਤੋਂ ਕਰ ਲਈਏ। ਤੁਹਾਡੇ ਦਿਨ ਉੱਥੇ ਹੀ ਦੂਸਰੀ ਗੱਲ ਇਹ ਵੇ ਕਿ ਉੱਥੇ ਇੱਕ ਹੋਰ ਅਸਲ ਮਸਲਾ ਉਹ ਇਹ ਵੇ ਕਿ ਉਹ ਵੀ ਰੇਤਲਾ ਇਲਾਕਾ ਠੰਡਾ ਵੀ ਬੜੀ ਛੇਤੀ ਹੋ ਜਾਂਦਾ ਅਤੇ ਰਾਤ ਸਕੂਨ ਵੀ ਬੜੀ ਲੰਘਦੀ ਹੈ। ਸਾਡੇ ਕਬੂਤਰ ਜਿਹੜੇ ਖੁੱਡਿਆਂ 'ਚ ਬੜੇ ਹੁੰਦੇ ਨਾ ਉਹ ਸਾਰੀ ਰਾਤ ਗਰਮੀ ਨਾਲ ਮੁਕਾਬਲਾ ਕਰਦੇ ਰਹਿੰਦੇ ਨੇ ਅਤੇ ਸਵੇਰੇ ਉੱਠ ਕੇ ਸਮਾਨ ਵੜ ਜਾਂਦੇ। ਉਹਨਾਂ ਉੱਡਣਾ ਕੀ ਹੈ, ਜਿੰਨਾ ਰਾਤ ਨੂੰ ਸੌਣਾ ਨਹੀਂ ਉਹਨਾਂ ਉੱਡਣਾ ਕੀ ਹੈ, ਸਾਡਾ ਉਹਨਾਂ ਦਾ ਮੌਸਮ ਨਹੀਂ ਲੱਗਦਾ। ਉਹਨਾਂ ਦੇ ਕਬੂਤਰ ਬਹੁਤ ਅੱਛੇ ਉੱਡਦੇ ਨੇ, ਅਸੀਂ ਕਿਉਂ ਆਖੀਏ ਭੈੜੇ ਉੱਡਦੇ ਨੇ, ਅਸੀਂ ਕਿਉਂ ਆਖੀਏ ਕੁਝ ਨਾਲ ਲਿਆ ਕੇ ਡਾਓ ਵਜ੍ਹਾ। ਉਹਨਾਂ ਸਾਨੂੰ ਕਦੀ ਆਖਿਆ, ਸਾਰੀ ਦੁਨੀਆ ਭਾਈ ਭਾਈ ਟੋਲਾ ਗਈ, ਅਸੀਂ ਨਹੀਂ ਕਦੀ ਨਾ ਲਿਆ ਜੀ ਉਹਨੇ ਯਾਰ। ਉਹਨਾਂ ਦਾ ਮੌਸਮ ਸਿਆਲਕੋਟ, ਸਿਆਲਕੋਟ 30 ਮੀਲ ਹੈ, ਲਾਹੌਰ 40 ਮੀਲ ਹੈ, ਉਸੇ ਤਰ੍ਹਾਂ ਕੋਈ 30 ਮੀਲ 40 ਮੀਲ ਦੇ ਏਰੀਆ ਦੇ ਵਿੱਚ ਅਸੀਂ ਤਾਂ ਕੁਛ ਹੀ ਕਰਨੇ ਹਾਂ ਬਾਜ਼ੀ ਲਾਉਣ ਦੀ, ਇਸ ਤੋਂ ਅਗਾਂਹ ਸਾਡੀ ਪਾਵਰ ਹੀ ਨਹੀਂ ਹੈ। ਇਸ ਬੰਦੇ ਨੇ ਕਿਹਾ ਆਸ਼ਕ ਹੁਸੈਨ ਨੇ ਮੈਂ ਬਾਜ਼ੀ ਨਹੀਂ ਡਾਉਣੀ, ਮੈਂ ਕੋਈ ਬਾਜ਼ੀ ਨਹੀਂ ਲਾਓ। ਚੋਰੀ ਨੇ ਮੈਨੂੰ ਫੋਨ ਕੀਤਾ, ਆਸ਼ਕ ਹੁਸੈਨ ਨੇ ਵੀ ਕੀਤਾ, ਮੁੜ ਕੇ ਕੀਤਾ ਮੈਨੂੰ ਪੜਨਾ ਫੋਨ, ਕਹਿੰਦਾ ਭਾਈ ਇਹ ਗੱਲ ਹੈ। ਮੈਂ ਕਿਹਾ ਉਹਨੇ ਅੱਧੀ ਬਾਜ਼ੀ ਦੇਣੀ ਹੈ, ਉਹਨਾਂ ਕੋਲ ਕਾਰ ਦੀ ਐਂਟਰੀ ਵਿੱਚ ਰੱਖ, ਵਿੱਚੋਂ ਬਾਹਰ ਹੋ ਜਾ, ਤੈਨੂੰ ਫਾਈਨਲ ਨਿਊਟਰਲ ਹੋ ਕੇ ਕਾਰ ਕਿਵੇਂ ਉਡਾਣ ਲਈ, ਸਾਰੇ ਹੀ ਫਸੇ ਇੱਕ ਦੂਜੇ ਨਾਲ, ਤੂੰ ਇਕੱਲਾ ਹੀ ਮਜ਼ਾ ਲਈ ਜਾਂ ਪਰਾ ਰਹਿ ਕੇ, ਬਾਜ਼ੀ ਰੱਖ ਲੈ ਐਂਟਰੀ 'ਚ ਰੱਖ, ਉਦੋਂ ਚੁੱਪ ਕਰਕੇ। ਅਤੇ ਜੇ ਅਸੀਂ ਕਹਿੰਦੇ ਨਹੀਂ ਅੰਜ ਤਾਂ ਉਹਨੇ ਉੱਠੀ ਜਾਣਾ, ਅਸੀਂ ਹਾਂ ਇੱਕੋ ਹੀ ਗੱਲ ਕੀਤੀ ਕਿ ਉਹਨੂੰ ਆਹ ਕਾਰ ਦੀ ਐਂਟਰੀ ਦੇ। ਕੁਝ ਗੱਲ ਇਹ ਸਾਡੀਆਂ ਨੇ ਦੋ ਛੱਤਾਂ ਖੁੱਲ ਕੇ ਚੋਣ ਹਾਰੇ ਅਤੇ ਇਹਨਾਂ ਨੇ ਇੱਕ ਅਸੀਂ ਦੋ ਕਹਿੰਦੇ ਹਾਂ, ਇੱਕ ਅਸਲਾਂ ਬਾਟ ਵਾਲੀ ਇੱਕ ਮੇਰੇ, ਉੱਧਰ ਫਿਆਦ ਬਾਟ ਵਾਲੀ ਛੱਤ ਵੀ ਮੇਰੀ ਹੈ, ਲੇਕਿਨ ਉਹ ਉਹਨਾਂ ਦੀ ਅਨਸਾਰੀ ਜਿਹੜੀ ਹੈ ਚੋਰੀ ਮੋਈ ਨੂੰ ਆਦਨਾ ਨਹੀਂ ਨਹੀਂ ਉਹਦੀ ਜਿਹੜੀ ਬੰਦੇ ਨੇ ਉੱਥੇ ਸਾਸਨ ਸ਼ਾਹ ਵੀ ਉਹਨਾਂ ਦੀਆਂ ਹਮਦਰਦੀਆਂ ਨੇ ਚੋਰੀ ਮੋਈ ਨੂੰ ਆਦਨਾ, ਅਸੀਂ ਕਦੀ ਡਿਸਟਰਬ ਨਹੀਂ ਉਹਨਾਂ ਨੂੰ ਕੀਤਾ ਕਿ ਤੁਸੀਂ ਠੀਕ ਹੈ ਮੁਸ਼ਾਵਰਤ ਕਰਾਂਗੇ। ਚਲੋ ਠੀਕ ਹੈ, ਇੱਕ ਛੱਤ ਹੋਰ ਵੀ ਮੈਨੂੰ ਆਫਰ ਹੋਈ ਸੀ ਇਹਦੀ ਹਰਾਣੇ ਜੰਗੀਰ ਦੀ ਵੀ ਪਤਾ ਹੈ, ਪੁਰਾਣਾ ਸੁਨੇਹਾ ਘੱਲਿਆ ਸੀ ਮੈਂ ਯਾਰ ਬਾਹਾਂਗੇ ਨਾ ਜਦੋਂ। ਚਲੋ ਰੋਟੀ ਤਾਂ ਖਾ ਲਵੋ, ਕਰ ਲੈਂਦੇ ਹਾਂ ਯਾਰ। ਲਓ ਜੀ ਮੇਰੇ ਖਿਆਲ 'ਚ ਲੋਕ ਕਾਫੀ ਇੰਜੋਏ ਕਰ ਰਹੇ ਨੇ, ਸੈਂਕੜੇ ਲੋਕਾਂ ਨੇ ਦੇਖ ਲਿਆ, ਤੋ ਆਪਾਂ ਵਕਫੇ ਕੇ ਬਾਅਦ ਉਸ ਤੱਕ ਹਾਜ਼ਰ ਹੋ ਗਏ ਕਿ ਮਾਮਲਾ ਦੁਬਾਰੇ ਟੈਪ ਆ ਜਾਏਗਾ, ਉਹ ਆਪ ਅਨਾਊਂਸਮੈਂਟ ਸੁਣਾਏਗੇ। ਔਰ ਇੱਕ ਹੋਰ ਚੀਜ਼ ਹੈ, ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਜੇ ਬਾਰਿਸ਼ ਕਾ ਪਹਿਲਾ ਕਤਰਾ ਸਾਬਿਤ ਹੋ ਕੇ ਸ਼ੌਕ ਦੀ ਬਿਹਤਰੀ ਕੇ ਲੀਏ ਇੱਕ ਐਸੇ ਸਫ਼ਰ ਕਾ ਆਗਾਜ਼ ਹੋ ਰਹਾ ਹੈ, ਔਰ ਮੈਂ ਯਹਾਂ ਬਾਵਸੂਰ ਤਰੀਕੇ ਸੇ ਆਪਕੋ ਕਹਿੰਦੇ ਹੋਏ ਜਾ ਰਹਾ ਹੂੰ ਕਿ ਆਨੇ ਵਾਲੇ ਮਹੀਨੇ ਮੇ ਆਪ ਬੜੀ ਤਾਦਾਦ ਮੇ ਮੁਕਾਬਲੇ ਲੱਗ ਕੇ ਦੇਖੇਂਗੇ, ਔਰ ਜਿਨ ਲੋਕੋ ਕੇ ਸ਼ਿਕਵੇ ਸ਼ਿਕਾਇਤ ਹੈ ਇਨਸ਼ਾਅੱਲਾ ਨਾ ਸਿਰਫ ਉਹ ਦੂਰ ਹੋਤੇ ਹੋਏ ਵੀ ਨਜ਼ਰ ਆਏਗੇ, ਔਰ ਉਹਨੇ ਅਗਲੇ ਸੀਜ਼ਨ ਕਾ ਇਨਸ਼ਾਅੱਲਾ ਬੜਾ ਹੀ ਬੇਤਾਬੀ ਸੇ ਇੰਤਜ਼ਾਰ ਰਹੇਗਾ। ਅਬ ਆਪ ਹਮਾਰੇ ਸਾਥ ਰਹੀਏ, ਕੁਛ ਵਕਫੇ ਕੇ ਬਾਅਦ ਆਏਗੇ ਜਬ ਯਹਾਂ ਪੇ ਹਮਾਰੇ ਮਾਮਲਾ ਟੈਪ ਆ ਜਾਏਗੇ ਤੋ ਇਨਸ਼ਾਅੱਲਾ ਉਸਕੀ ਅਨਾਊਂਸਮੈਂਟ। ਇੱਕ ਛੋਟੀ ਜਿਹੀ ਗੱਲ ਕਰ ਸਕਣਾ, ਜਦੋਂ ਵੀ ਕੋਈ ਮਸਲਾ ਹੋਵੇ ਨਾ ਵੇਖੋ ਆਹ 2 ਮਿੰਟ ਮੁਲਾਕਾਤ ਹੋਈ, ਸਾਨੂੰ ਪਤਾ ਹੈ ਕਿ ਇਹ ਇੱਜ਼ਤਦਾਰ ਬੰਦੇ ਨੇ, ਅਗਰ ਬਾਜ਼ੀਆਂ ਨਹੀਂ ਲੱਗਦੀਆਂ ਜਾਂ ਲੱਗਦੀਆਂ ਨੇ ਇਹਨਾਂ ਬਾਹਰ ਨਿਕਲ ਕੇ ਰੌਲਾ ਨਹੀਂ ਪਾਉਣਾ, ਅਸਾਂ ਵੀ ਨਹੀਂ ਪਾਉਣਾ, ਇੰਝ ਤਾਂ ਬੰਦੇ ਨਾਲ ਲੈ ਕੇ ਨਾ ਤੁਰਿਆ ਕਰੋ, ਇੰਝ ਤਾਂ ਬੰਦੇ ਨਾਲ ਲੈ ਕੇ ਤੁਰਿਆ ਕਰੋ ਜਿਹੜੇ ਇੱਧਰੋਂ ਕੋਈ ਗੱਲ ਕਰਨ ਉੱਧਰੋਂ ਕੋਈ ਗੱਲ ਕਰਨ। ਮੈਂ ਨਾ ਨਹੀਂ ਕਿਹਾ ਲੈਂਦਾ, ਵਧੀ ਕੀ ਹੈ, ਇਹਨਾਂ ਨੂੰ ਮੈਂ ਬੁਲਾਇਆ ਇੱਥੇ ਬਾਜ਼ੀ ਨਾ ਲੱਗੇ, ਇਹਨਾਂ ਦੀ ਨਹੀਂ ਮੇਰੀ ਹੈ ਠੀਕ ਹੈ, ਅਤੇ ਬੁਲਾ ਕੇ ਬੰਦੇ ਨੂੰ ਜਿਹੜਾ ਹੁੰਦਾ ਨਾ ਮਯੂਸ ਕਰਕੇ ਘੱਲਣਾ। ਉੱਥੇ ਮੈਂ ਫਿਰ ਉਹ ਆ ਜਾਏਗੀ ਵਕਾਲਤ ਟੈਪ ਆ ਜਾਂਦੀ, ਉਹਨਾਂ ਦਾ ਇੱਕ ਵਜ੍ਹਾ ਕਿਉਂਕਿ ਇਨਸਾਨ ਹੈ ਕਿ ਛੱਤ ਹਾਜ਼ਰ ਹੋ ਗਈ ਸੀ ਤੁਹਾਡੇ,
ਅਗਰ ਉਹਦੇ ਕੋਲ ਅਸੀਂ ਇਰਫਾਨ ਦੇ ਨਾਲ ਸ਼ੌਕ ਕਰਨੇ ਆ, ਸਾਨੂੰ ਇਹ ਨਹੀਂ ਗੱਲਾਂ ਰਹਿਮ ਕਰੇ ਕੋਈ ਅਸੀਂ ਇਹਨਾਂ ਕੋਲੋਂ ਹਾਰ ਜਾਂਗਣਾ, ਇਸ ਤੋਂ ਵੱਧ ਕੀ ਹੋ ਜਾਣਾ ਤੇ ਕਿਹੜੀ ਕੋਈ ਮੋਟੀ ਲੱਗਣ ਡਈ ਆ, ਜਾਂ ਮਠਿਆਈ ਹੋਈ ਹੈ ਨਾ ਤੁਹਾਨੂੰ ਪਤਾ ਲੱਗਿਆ ਕਿ ਭਾਈ ਆ ਉਹ ਤਾਹਰ ਸਾਹਿਬ ਤੋਂ ਤੇ ਉਹ ਧੜਾ ਵੱਖਰਾ ਹੋ, ਅਸੀਂ ਹੁਣ ਤੁਹਾਨੂੰ ਅੱਗੇ ਜੀ ਜਮਸ਼ੇਦ ਨੂੰ ਲਿਆਓ ਜਾਂ ਮੁੱਲਾ ਨੂੰ ਲਿਆਓ ਤਾਂ ਮੈਂ ਲਾਣੀ ਹੈ, ਸਾਡੀ ਬੇਵਕੂਫੀ ਹੈ ਨਾ, ਸਾਡੇ ਤੋਂ ਵੱਡਾ ਹੁਣ ਪਤਾ ਵੀ ਸਾਨੂੰ ਕਿ ਯਾਰ ਉਹ ਬੰਦਿਆਂ ਦਾ ਇਹਨਾਂ ਬੰਦਿਆਂ ਨਾਲ ਕਬੂਤਰ ਪਾ ਦੇ ਉਂਝ ਭਾਵੇਂ ਰੋਟੀਆਂ ਖਾਂਦੇ ਹੋਣ ਤੁਹਾਡੇ ਤਾਂ ਆਪਣੀ ਜਗ੍ਹਾ 'ਤੇ ਰਹਿਣਾ, ਲੇਕਿਨ ਕਬੂਤਰਬਾਜ਼ੀ ਦੇ ਵਿੱਚ ਉਹ ਉੱਧਰ ਨੇ ਇਹ ਇੱਧਰ ਨੇ, ਅਸੀਂ ਇਹਨਾਂ ਨੂੰ ਕਿਵੇਂ ਆਖੀਏ ਕਿ ਤੁਸੀਂ ਜਮਸ਼ੇਦ ਸਾਹਿਬ ਨੂੰ ਲਿਆਓ ਜਾਂ ਮੁੱਲਾ ਸਾਹਿਬ ਨੂੰ ਲਿਆਓ ਜਾਂ ਭਾਈ ਤਾਹਰ ਦਾ ਸਾਨੂੰ ਫੋਨ ਕਰਾਓ, ਕਬੂਤਰਬਾਜ਼ੀ ਤਾਂ ਇਹਨਾਂ ਦਾ ਪਰਾਂ ਪਰਾਂ ਨੇ, ਇਸ ਤਰ੍ਹਾਂ ਹੀ ਉਹਦਾ ਹੱਕ ਨਹੀਂ ਬਣਦਾ ਇਰਫਾਨ ਦਾ ਨਾਂ ਲੈਣ ਦਾ ਜਾਂ ਅਬੂ ਬਕਰ ਦਾ ਨਾਂ ਲੈਣ ਦਾ, ਸਾਡੀ ਇਹਨਾਂ ਨਾਲ ਕੋਈ ਦਾਵਤ ਨਹੀਂ, ਦਾਵਤ ਧੜਿਆਂ ਦੀ, ਧੜਿਆਂ ਦੇ ਮੁੱਕ ਵੀ ਜਾਂਦੀਆਂ ਨੇ, ਕਤਲਾਂ ਦੇ ਮੁੱਕ ਜਾਂਦੀਆਂ ਨੇ ਤੇ ਫਿਰ ਇੱਕ ਭੂਤਰਾ ਹੀ ਨਜ਼ਾਰ ਕੀ ਮਸਲਾ ਹੈਗਾ ਕਿ ਸਾਡੀ ਇਸੀ ਤਾਂ ਕਹਿ ਰਹੇ ਕਿ ਸਾਡੀ 100% ਕੋਸ਼ਿਸ਼ ਹੈ ਤੇ ਪੂਰੀ ਮੈਂ ਉਹ ਲੈਵਲ ਤੇ ਵੀ ਜਾ ਰਹੀ ਹਾਂ ਮਾਇ ਮੇਰੀ ਗੱਲ ਤੇ ਸਾਨੂੰ ਹੁਣ ਅਬੂ ਬਕਰ ਦੀ ਖਾਤਰ ਇਹਨਾਂ ਨੇ ਇਕੱਠ ਰੱਖਿਆ ਲਓ, ਇਰਫਾਨ ਨੂੰ ਵਿੱਚ ਕਿੱਥੋਂ ਲਿਆਂਦਾ ਨੇ, ਇੱਕ ਪਤਾ ਵੀ ਹੈ ਕਿ ਇਸ ਬੰਦੇ ਦੀ ਖਾਤਰ ਅਸੀਂ ਇਕੱਠ ਰੱਖਿਆ ਲਾਹੌਰ, ਪਹਿਲੋਂ ਇਕੱਠ ਮੇਰੇ ਵੱਲ ਸੀ ਠੀਕ ਹੈ, ਇਹਨਾਂ ਕਿਹਾ ਜੀ ਅਸੀਂ ਅਬੂ ਬਕਰ ਤੋਂ ਬਗੈਰ ਨਹੀਂ ਚੱਲ ਸਕਦੇ, ਮੈਂ ਇਹਨਾਂ ਨੂੰ ਕਿਹਾ ਜੀ ਅਬੂ ਬਕਰ ਤੋਂ ਬਗੈਰ ਨਹੀਂ ਚੱਲ ਸਕਦੇ, ਮੈਂ 50 ਬੰਦਿਆਂ ਨਾਲ ਮੇਰਾ ਸ਼ੌਂਕ ਹੈ, ਮੈਂ 50 ਨੂੰ ਛੱਡ ਕੇ ਇੱਕ ਨਾਲ ਨਹੀਂ ਕਰਦਾ, ਉਹਨਾਂ ਕਿਹਾ ਜੀ ਤੁਸੀਂ ਫਿਰ ਲਾਹੌਰ ਆ ਜਾਓ, ਅਸੀਂ ਆ ਜਾਂਦੇ ਹਾਂ, ਫਿਰ ਉੱਥੇ ਜਾ ਕੇ ਇਹ ਅਬੂ ਬਕਰ ਜਾਂ ਇਰਫਾਨ ਦਾ ਨਾਂ ਲੈਣ, ਇਹਨਾਂ ਨੂੰ ਹਰ ਚੀਜ਼ ਦਾ ਪਤਾ, ਫਿਰ ਕਿਉਂ ਨਾਂ ਲਿਆ, ਜਾਂ ਤਾਂ ਉਸ ਗੱਲ ਨੂੰ ਮੁਕਾਉਂਦੇ ਹੋਣਾ ਤਾਂ ਭਾਈ ਕਿ ਤੁਸੀਂ ਸਾਡੇ ਨਾਲ ਪਾਦੀਆਂ ਇੱਥੋਂ ਇੱਥੋਂ ਤੈਅ ਕਰ ਲਵੋ, ਇਹ ਛੱਤਾਂ ਵੀ ਸਾਡੀਆਂ ਰੈਡੀ ਖਲੋਤੀ ਦੀਆਂ ਨੇ, ਇਹ ਅਸੀਂ ਗੁਜਰਾਂ ਲਿਆਉਂਦੇ ਹਾਂ, ਇਹਨਾਂ ਦਾ ਆਣ ਕੇ ਆਪਸ ਸੁਲਾਨਾਮਾ ਕਰਾਉਂਦੇ ਹਾਂ, ਇਹ ਗੱਲ ਮੇਰੀ ਗਲਤ ਸੁਣੋ, ਇਹ ਪਾਦੀਆਂ ਤੁਹਾਨੂੰ ਉਹਨਾਂ ਨਾਲ ਲਾਣੀਆਂ ਪੈਣੀਆਂ, ਅਸੀਂ ਨਕਾਰੀ ਹੁੰਦੇ ਫਿਰ ਸਾਡੇ ਨਾਲ ਗੱਲ ਕਰਦੇ, ਉਹਨਾਂ ਸਾਨੂੰ ਛਾਤੀ ਕੌਣ ਨਹੀਂ ਦਿੱਤੀ, ਉਹ ਸਾਨੂੰ ਉਹਨਾਂ ਨੇ ਫਿਰ ਉੱਤੋਂ ਇੱਕ ਨਵੀਂ ਗੱਲ ਕਰ ਦਿੱਤੀ ਜਿਹੜੀ ਤੁਸੀਂ ਸੁਣੀ ਵੀ ਹੈ, ਅਤੇ ਇਹ ਜੀ ਚੋਰੀ ਮੋਇਨਵਾਦ ਨਾਲ ਆਇਆ ਸਾਨੂੰ, ਯਾਰ ਅਸੀਂ ਕੋਈ ਚਮਚੇ ਹਾਂ ਉਹਦੇ, ਜਾਂ ਸਾਡਾ ਕੋਈ ਨਾ ਕਿਤੇ ਜਾਂਦਿਆਂ ਵੇਖਿਆ ਜੇ, ਜਾਂ ਦੇਖੋ ਇਹ ਨੇ ਮੈਂ ਵਾਂ ਸ਼ੇਖ ਗੁਰਦਾਰ, ਅਸੀਂ ਜਿੱਥੇ ਜਾਂਦੇ ਹਾਂ ਇਕੱਠੇ ਜਾਂਦੇ ਹਾਂ, ਇਹਨਾਂ ਨੂੰ ਕੰਮ ਹੋਵੇ ਗਰੁੱਪ ਹੈ, ਲੇਕਿਨ ਚੋਰੀ ਮੋਇਨਵਾਦ ਸਾਡਾ ਗਰੁੱਪ ਤਾਂ ਨਹੀਂ ਨਾ, ਸਰ ਉਹ ਗੱਲ ਉੱਥੇ ਹੀ ਚੱਲੀ ਨਾ, ਫਿਰ ਉਹਨਾਂ ਕਿਉਂ ਇਹ ਲਫ਼ਾ ਰੱਖਿਆ ਚੋਰੀ ਮੋਇਨਵਾਦ ਨਾਲ, ਦੇਖੋ ਉਹਦੀ ਤਸਵੀਰ ਲਾ ਕੇ ਤੁਹਾਡਾ, ਦੇਖੋ 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 ਇੱਕ ਮਿੰਟ, ਉਹ ਤਸਵੀਰ ਲਾਈ ਮੇਰੀ ਅਤੇ ਉਹਦੀ ਮੋਇਨਵਾਦ ਦੀ, ਮੈਂ ਤੁਹਾਨੂੰ ਕੀ ਆਖਿਆ, ਨਹੀਂ ਨਹੀਂ ਸਰ ਉਹ ਵੈਲਕਮ, ਨਹੀਂ ਨਹੀਂ ਮੈਂ ਤੁਹਾਨੂੰ ਕੀ ਕਿਹਾ ਤਸਵੀਰ ਉਹਨੂੰ, ਕੀ ਕਿਹਾ ਸੀ ਇੱਕ ਹੋਰ ਲੱਗਣੀ ਚਾਹੀਦੀ, ਮੈਂ ਤੁਹਾਨੂੰ ਮਾਈਓ ਦੀ ਤਸਵੀਰ ਲਾਉਣੀ, ਠੀਕ ਹੈ ਅਸੀਂ ਮਾਈਓ ਗਰੁੱਪ ਹਾਂ, ਅਸੀਂ ਮਾਈਓ ਦੇ ਨਾਲ ਜਾਈਏ, ਸਾਨੂੰ ਕਹੋ ਕਿ ਮਾਈਓ ਨਾਲ ਆਇਆ ਵੇ ਕੋਈ ਗੱਲ ਨਹੀਂ, ਹੁਣ ਇੱਕ ਰੀਤ ਦੇ ਨਾਲ ਤੁਸੀਂ ਸਾਨੂੰ ਦਾਵਤ ਦੇ ਕੇ ਆਖੋ ਕਿ ਤੁਸੀਂ ਉਹਦੇ ਨਾਲ ਆਏ ਹੋ, ਮੇਰਾ ਦੀ ਜ਼ਿਆਦਤੀ ਹੈ ਸਰ, ਮੈਂ ਮੇਰੀ ਗੱਲ ਸੁਣੋ, ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀਗਾ ਔਨ ਦਾ ਰਿਕਾਰਡ, ਹੁਣ ਕਿਉਂ ਜਦ ਕਹਿ ਰਹੇ ਔਨ ਦਾ ਰਿਕਾਰਡ ਕਹਿ ਰਹੇ ਲੋਕ ਸੁਣ ਰਹੇ, ਮੇਰੀ ਉਸ ਦਿਨ ਤੋਂ ਬਾਅਦ ਉਹਨਾਂ ਦੀ ਬਾਮੁਸ਼ਾਬਾ ਯਾਨੀ ਡਾਇਰੈਕਟ ਮੁਲਾਕਾਤ ਹੋਈ, ਤਾਂ ਮੇਰੀ ਫੋਨ 'ਤੇ ਉਹਦੇ ਨਾਲ ਰਾਬਤਾ ਹੋਇਆ, ਮੈਂ ਕਿਹਾ ਜੀ, ਉਹਨੇ ਕਿਹਾ ਜੀ ਮੇਰਾ ਕਹਿਣ ਦਾ ਮਕਸਦ ਕੱਟਣ ਹੈ ਨਹੀਂ, ਠੀਕ ਹੈ ਅਗਰ ਉਹਨਾਂ ਨੂੰ ਇਹ ਮਕਸਦ ਡਿਲੀਵਰ ਹੋ ਗਿਆ ਅਸੀਂ ਇਹਦੀ ਮਜ਼ਾਕ ਕਰਦੇ ਹਾਂ, ਦੂਜਾ ਅਸੀਂ ਸ਼ੌਕ ਦੀ ਤਿਆਰੀ ਕੀਤੀ ਬੈਠੇ ਹਾਂ, ਕਿਉਂਕਿ ਜਿਹੜੇ ਮਿਸਾਈਲ ਵਿੱਚ ਆਏ ਸੀ ਜਿਹੜੇ ਉਸ ਦਿਨ, ਦੇਖੋ ਅਬੂ ਬਕਰ ਵਾਲਾ ਮਸਲਾ ਆਇਆ ਸੀ ਨਾ, ਪਹਿਲੇ ਮੋਨੇ ਨਾਲ ਸੋਲਵ ਕੀਤਾ ਉਹ ਮਸਲਾ, ਮੋਨੇ ਲਈ ਵੀ ਹੋਈ ਸੀ, ਹਾਂਜੀ ਹਾਂਜੀ ਕੀਤਾ ਕਰ ਦਿੱਤਾ ਸੀਗਾ ਸੋਲਵ, ਇਸ ਲਈ ਇੱਥੇ ਵੀ ਸੋਲਵ ਹੋਣਾ, ਔਰ ਸਰ ਮੈਂ ਬਤਾਊਂ ਇਹ ਗੱਲ ਕਿਉਂ ਕੀਤੀ ਹੈ, ਜਿਹੜੀ ਮੈਂ ਗੱਲ ਕੀਤੀ ਹੈ ਕਿ ਬੜੇ ਪੈਮਾਨੇ 'ਤੇ ਸ਼ੌਕ ਹੋਣ ਜਾ ਰਿਹਾ, ਸਿਰਫ ਇੱਥੋਂ ਹੀ ਨਹੀਂ ਹੋਰ ਕਾਫੀ ਜਗ੍ਹਾ ਤੋਂ ਹੋਣਾ ਹੋਣ ਜਾ ਰਿਹਾ, ਜਿਹੜੀ ਇਬਤਦਾ ਹੋ ਗਈ ਹੋਈ ਹੈ, ਜਿਹੜੇ ਲੋਕ ਮੇਰੇ ਨਾਲ ਵੀ ਰਾਬਤੇ 'ਚ ਨੇ ਉਹਨਾਂ ਨਾਲ ਵੀ ਰਾਬਤੇ, ਕੋਸ਼ਿਸ਼ ਕੀ ਹੈ ਕਿ ਲੋਕਾਂ 'ਚ ਜਿਹੜਾ ਲੜਕੇ ਨੂੰ ਬੜਿਆ ਹੋਇਆ ਨਾ, ਕਿ ਕੁੱਕੜਾਂ ਵਾਲੀ ਕੋਈ ਗੱਲ ਹੋ ਰਹੀ ਹੈ, ਕੁੱਕੜਾਂ ਦੀ ਲੜਾਈ ਤਾਂ ਹੋਣਾ ਕੁਛ ਵੀ ਨਹੀਂ, ਕਿ ਇੱਥੇ ਨੂੰ ਗੱਲਾਂ ਬਾਤਾਂ ਚੱਲ ਰਹੀਆਂ, ਪਹਿਲਾਂ ਬਾਰੀ ਦਾ ਕਤਰਾ ਅੱਜ, ਇਨਸ਼ਾਅੱਲਾ ਮਕਸਦ ਸਿਰਫ ਹੈ ਸ਼ੌਕ ਕਰਾਉਣਾ, ਬਾਕੀ ਹੋਰ ਕੋਈ ਚੀਜ਼, ਬਾਕੀ ਸਾਰੇ ਭਾਈ ਆ, ਬਾਕੀ ਸਾਰੇ ਦੇਖੋ ਸ਼ੌਕ ਕਰਾਉਣਾ ਸਾਰੇ ਅਹਿਮ ਨੇ, ਤੁਸੀਂ ਦੇਖੋ ਤੁਹਾਡਾ ਮੇਰਾ ਜਿਹੜਾ ਤਾਲੁਕ ਹੈ, ਮੈਨੂੰ ਆਪੇ ਹੀ ਗੱਲ ਦੱਸੋ ਤੁਹਾਡਾ ਮੇਰਾ ਜਿਹੜਾ ਤਾਲੁਕ ਕਿੰਨੇ ਚਿਰ ਦਾ, ਕਿੰਨੇ ਇਤਰਾਮ ਦਾ ਤਾਲੁਕ, ਤੁਸੀਂ ਮੇਰੀ ਗੱਲ ਟਾਲ ਦਿਓ, ਮੈਂ ਮੇਰੀ ਕੁਛ ਹੁੰਦੀ ਤਾਂ ਉਸਤਾਦ ਜੀ ਨੇ ਜੋ ਕਹਿ ਦਿੱਤਾ ਉਹ ਜੀ ਆਇਆ, ਅਤੇ ਇਨਸ਼ਾਅੱਲਾ ਜੀ ਸ਼ੌਕ ਵੀ ਕਰਾਂਗੇ, ਸਭ ਨੂੰ ਲੈ ਕੇ ਚੱਲਾਂਗੇ, ਖਾਣਾ ਲੱਗ ਗਿਆ ਤਾਂ ਉਸ ਤੋਂ ਹੁਣ ਮੈਂ ਖਾਣਾ ਖਾ ਲੈਂਦੇ ਹਾਂ, ਤੇਰਾ ਨਾਮ ਉਹਨੂੰ ਆ ਗਿਆ ਹੁਣ ਪਹਿਲਾਂ ਉਦੋਂ ਵੀ